ਦਾਇਰਿਆਂ ਦੀ ਕਬਰ ਚੋਂ ਉਹ ਜਦੋਂ ਬਾਹਰ ਆਇਆ ਤਾਂ ਉਸਨੂੰ ਪਤਾ ਨਹੀਂ ਲੱਗਿਆ ਕਿ ਉਸ ਤੋਂ ਕੋਈ ਅਵੱਗਿਆ ਹੋਈ ਵੀ ਹੈ ਜਾਂ ਨਹੀਂ ਹੋਈ, ਲੇਕਿਨ ਉਸਨੂੰ ਪਿਆਦੇ ਹੋਣ ਦਾ ਦਰਦ ਕਿਧਰੇ ਨਾ ਕਿਧਰੇ ਜ਼ਰੂਰ ਸਹਿਣਾ ਪਿਆ। ਮੈਂ ਦੇਖਿਆ ਉਸਨੇ ਦੇਹੀ ਨਾਂ ਦਾ ਜ਼ਿਕਰ ਛੇੜਿਆ ਹੀ ਸੀ ਅਤੇ ਉਹ ਫਿਰ ਉਲਝ ਗਿਆ ਅਤੇ ਉਸਨੂੰ ਪਤਾ ਨਹੀਂ ਲੱਗਿਆ ਕਿ ਉਹ ਕਾਲੇ ਹਾਸ਼ੀਏ ਦੇ ਅੰਦਰ ਖੜ੍ਹਾ ਹੈ ਜਾਂ ਕਾਲੇ ਹਾਸ਼ੀਏ ਦੇ ਬਾਹਰ ਖੜ੍ਹਾ ਹੈ। ਉਹ ਸੂਹਾ ਗੁਲਾਬ ਲੈਣ ਤੁਰਿਆ ਤਾਂ ਕਾਮੇਸ਼ਵਰੀ ਨੇ ਆ ਕੇ ਮੋਢੇ 'ਤੇ ਥਪਥਪਾਹਟ ਕੀਤੀ। ਉਹ ਆਸ਼ਰਮ ਵੱਲ ਨੂੰ ਤੁਰ ਗਿਆ ਅਤੇ ਉਸਨੂੰ ਮਾਂ ਯਾਦ ਆਈ ਅਤੇ ਉਸਨੇ ਉੱਥੇ ਖੜ ਕੇ ਧੌਣ ਜੀ ਮੋੜ ਕੇ ਕਹਿ ਦਿੱਤਾ ਅਤੇ ਮੈਂ ਆਇਆ ਬਸ। ਉਹ ਸ਼ਾਇਦ ਸਵਰਨਜੀਤ ਸਵੀ, ਉਸ ਬਾਰੇ ਮੈਂ ਘੰਟਿਆਂ ਵੱਧੀ ਦਿਨਾਂ ਵੱਧੀ ਬੋਲ ਸਕਦਾ, ਪਰ ਜਿੰਨਾ ਬੋਲਣਾ ਸੀ ਉਹ ਤੁਸੀਂ ਸਾਰਿਆਂ ਨੇ ਸਵੀਕਾਰ ਕੀਤਾ ਅਤੇ ਮੈਂ ਸਵਰਨਜੀਤ ਸਵੀ ਨੂੰ ਇਸ ਮੰਚ ਉੱਤੇ ਆਉਂਦਾ। ਅੱਛਾ ਜੀ, ਨਜ਼ਮ ਜਦੋਂ ਵੀ ਆਉਂਦੀ ਹੈ ਤਾਂ ਮੇਰੇ ਖੂਨ ਵਿੱਚ ਆਪਣੇ ਜਿਸਮ ਦਾ ਦੀਵਾ ਜਗਾਉਂਦੀ ਹੈ ਅਤੇ ਮੱਧਮ ਜਿਹੀ ਲਾਲੀ ਵਿੱਚ ਮੇਰੀ ਉਦਾਸ ਸੰਧਿਆ ਦੀ ਪਿੱਠ 'ਚੋਂ ਖੁੱਭਿਆ ਕੋਈ ਖੰਜਰ ਕੱਢਦੀ ਹੈ। ਫਿਰ ਉਹਦੀਆਂ ਅੱਖਾਂ 'ਚ ਮੱਚਦੇ ਨੇ ਲੱਖਾਂ ਸਵਾਲ, ਫਿਰ ਉਹਦੀਆਂ ਅੱਖਾਂ 'ਚ ਮੱਚਦੇ ਨੇ ਲੱਖਾਂ ਸਵਾਲ, ਮੇਰੇ ਮਨ ਦੀ ਪੀੜਾ 'ਚੋਂ ਸਿੰਮਦੇ ਨੇ ਲੱਖਾਂ ਜਵਾਬ। ਸਿਰਜਣ ਪ੍ਰਕਿਰਿਆ ਜਾਂ ਕੋ ਵੀ ਇਹਨੂੰ ਮੈਂ ਮਾਇੰਡ ਦੇ ਨਾਲ, ਇੱਕ ਐਸਾ ਆਰਗਨ ਸਾਡਾ ਹਿਊਮਨ ਦਾ ਜਿਹੜਾ ਨੈਨੋ ਸੈਕਿੰਡਸ ਦੇ ਵਿੱਚ ਚੇਂਜ ਹੁੰਦਾ, ਸ਼ਿਫਟ ਹੁੰਦਾ, ਜਿਹਦੇ ਕੰਸਰਨਸ ਬਦਲਦੇ ਨੇ, ਜਿਹਦੇ ਮੋਟਿਵਸ ਬਦਲ ਜਾਂਦੇ ਨੇ, ਉਹਦੀਆਂ ਭਾਵਨਾਵਾਂ ਚੇਂਜ ਹੁੰਦੀਆਂ ਨੇ। ਅਤੇ ਉਹ ਮਨ ਆ ਜਿਹਨੂੰ ਅਸੀਂ ਸ਼ਾਇਦ ਅੱਜ ਤੱਕ ਆਰਟੀਫਿਸ਼ਲ ਇੰਟੈਲੀਜੈਂਸ ਬੜੀ ਤੇਜ਼ੀ ਨਾਲ ਲੱਗੀ ਆ ਉਹਨੂੰ ਫੜਨ ਲਈ, ਨੇੜੇ ਤੇੜੇ ਪਹੁੰਚ ਵੀ ਰਹੀ ਆ ਪਰ ਉਹਦੀ ਪਕੜ 'ਚੋਂ ਬਾਹਰ ਆ। ਇਹ ਇੱਕ ਐਸੀ ਚੀਜ਼ ਆ ਜਿਹਦੀ ਅਨਸਰਟਨਟੀ ਆ ਜਿਹੜੀ ਉਹ ਆਰਟਸ ਨੂੰ ਜਨਮ ਦਿੰਦੀ ਆ, ਮੈਨੂੰ ਲੱਗਦਾ ਸਾਰੇ ਆਲ ਆਰਟਸ, ਕਿ ਉਹੀ ਉਹਦਾ ਜਿਹੜਾ ਉਹਦੀਆਂ ਮੂਵਮੈਂਟਸ ਨੇ ਉਹਦੇ ਜਿਹੜੇ ਅਨਸਰਟਨ ਜੁਜ਼ ਨੇ ਵਾਰ ਵਾਰ ਬਦਲਦੇ ਨੇ ਜਿਹੜੇ, ਅਤੇ ਉਹ ਮੇਰੇ 'ਚ ਵੀ ਉਸ ਤਰ੍ਹਾਂ ਬਦਲਦੇ ਨੇ। ਅਤੇ ਮੈਨੂੰ ਪ੍ਰਾਇਮੈਰੀਲੀ ਦੋ ਚੀਜ਼ਾਂ ਇਕੱਠੀਆਂ ਦੀ ਬਖਸ਼ਿਸ਼ ਕਹੋ ਕਿ ਨੇਚਰ ਨੇ ਮੈਨੂੰ ਉਹ ਬਖਸ਼ੀਆਂ ਨੇ, ਕਿ ਇੱਕ ਪਾਸੇ ਮੈਂ ਪੇਂਟਿੰਗ ਅਤੇ ਰੰਗਾਂ ਦੀ ਭਾਸ਼ਾ ਨੂੰ ਸਮਝਣ ਦੇ ਯਤਨ 'ਚ ਰਹਿੰਦਾ ਅਤੇ ਦੂਸਰੇ ਪਾਸੇ ਸ਼ਬਦ ਨੇ ਜਿਹੜੇ ਉਹ ਕੁਛ ਕਹਿਣ ਕਹਾਉਣ ਦੇ ਆਹਰ 'ਚ ਰਹਿੰਦੇ ਨੇ ਹਰ ਵੇਲੇ। ਅਤੇ ਮੇਰੇ ਟੋਟਲ ਜਿਹੜੀ ਜਰਨੀ ਆ ਟਿਲ ਦਿਸ ਮੂਮੈਂਟ, ਅਤੇ ਉਹ ਜੇ ਪਤਾ ਨਹੀਂ ਕਿੱਧਰ ਨੂੰ ਜਾਣੀ ਆ, ਉਹਦੇ ਵਿੱਚ ਇਹਨਾਂ ਦੋਨਾਂ ਦਾ ਜਿਹੜਾ ਬਿਹੇਵੀਅਰ ਆ ਕਦੇ ਸੌਕਣਾ ਵਾਂਗੂ ਹੁੰਦਾ ਅਤੇ ਕਦੇ ਸਹੇਲੀਆਂ ਵਰਗਾ ਹੁੰਦਾ ਮੇਰੇ ਲਈ। ਵੀ ਕਿਸੇ ਵੇਲੇ ਤਾਂ ਇਹ ਕਿ ਮੈਂ ਕੋਈ ਕਿਸੇ ਕਵਿਤਾ ਦੇ ਕਿਸੇ ਮੂਡ ਦੇ ਵਿੱਚ ਉਲਝਿਆ ਵਾਂ, ਕੁਛ ਲਿਖ ਰਿਹਾ ਅਤੇ ਲਿਖਣ ਤੋਂ ਬਾਅਦ ਲੱਗਦਾ ਵੀ ਗੱਲ ਨਹੀਂ ਬਣੀ, ਵੀ ਕੁਛ ਰਹਿ ਗਿਆ ਇਹਦੇ 'ਚੋਂ, ਅਤੇ ਉਸ ਵੇਲੇ ਕੈਨਵਸ ਮੇਰੇ ਕੋਲ ਆਉਂਦੀ ਹੈ ਅਤੇ ਉਹ ਜਿਹੜਾ ਅਣਕਹੇ ਫੈਕਟਰ ਨੇ, ਅਣਕਹੀਆਂ ਗੱਲਾਂ ਨੇ, ਉਹ ਫਿਰ ਮੈਂ ਆਪਣੇ ਪੂਰੇ ਜੋਸ਼ ਨਾਲ, ਜਨੂੰਨ ਨਾਲ ਕੈਨਵਸ 'ਤੇ ਉਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ ਜਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ। ਸੋ ਮੇਰੇ ਜਿਹੜੇ ਪ੍ਰੋਸੈਸ ਆਫ ਕ੍ਰੀਏਟਿਵਿਟੀ ਆ ਜਿਹੜਾ,
ਉਹਦੇ ਵਿੱਚ ਦੋਨੇ ਚੀਜ਼ਾਂ ਪੈਰਲਲ ਚੱਲਦੀਆਂ ਨੇ। ਜੇ ਮੈਂ ਟਾਈਮ ਵਾਈਜ਼ ਵੀ ਲੈ ਲਾਂ ਤਾਂ ਮਤਲਬ ਚੌਥੀ ਪੰਜਵੀਂ ਤੋਂ ਮੈਂ ਸਕੈਚਿੰਗ ਕਰਦਾ, ਅਤੇ ਉਹ ਜਿਹੜੀ ਲਾਈਨ ਆ ਉਹੀ ਮੈਨੂੰ ਲੱਗਦਾ ਕਿ ਮੈਂ ਹਮੇਸ਼ਾ ਯਾਦ ਕਰਦਾ ਉਹਨਾਂ ਇੱਕ ਗੱਲ ਨੂੰ ਕਿ ਇਹ ਮੇਰੇ 'ਤੇ ਜਿਹੜਾ ਕੁਛ ਅਵੇਲੇਬਿਲਿਟੀ ਹੈ ਮੇਰੇ ਲਈ ਉਹ ਕਿਉਂ ਆ। ਇੱਕ ਬੜੀ ਮੇਰੀ ਜ਼ਿੰਦਗੀ ਦੀ ਅਹਿਮ ਘਟਨਾ ਕਿ ਮੈਨੂੰ ਆਪਣੇ ਬਚਪਨ ਦੇ ਦੋਸਤ ਯਾਦ ਨਹੀਂ ਹੈਗੇ। ਮਤਲਬ ਮੈਨੂੰ ਆਪਣੇ ਪ੍ਰਾਇਮਰੀ ਜਾਂ ਛੇਵੀਂ ਤੱਕ ਦੇ ਮੇਰੇ ਕਿਹੜੇ ਦੋਸਤ ਮੇਰੇ ਨਾਲ ਪੜ੍ਹੇ, ਮੇਰੇ ਕਿਹੜੇ ਟੀਚਰ ਸੀ ਉਦੋਂ, ਇਹ ਮੈਨੂੰ ਯਾਦ ਨਹੀਂ ਹੈ। ਮਤਲਬ ਇਹ ਪਤਾ ਨਹੀਂ ਕਿਉਂ ਮੇਰੀ ਮੈਮਰੀ 'ਚੋਂ ਵਾਸ਼ ਆਊਟ ਹੋਇਆ ਇੱਕ ਸੈਗਮੈਂਟ, ਪਰ ਮੈਨੂੰ ਉਸ ਵੇਲੇ ਦੋ ਚੀਜ਼ਾਂ ਯਾਦ ਨੇ। ਇੱਕ ਮੇਰੇ ਬਾਪੂ, ਮੈਂ ਆਪਣੇ ਦਾਦੇ ਨੂੰ ਅਸੀਂ ਬਾਪੂ ਕਹਿੰਦੇ ਹਾਂ, ਅਤੇ ਦੂਸਰਾ ਇੱਕ ਬਾਬਾ ਜਿਹੜਾ ਇਹੋ ਜਿਹੀ ਸ਼ਖਸੀਅਤ ਆ ਕਿ ਉਹ ਮਨ 'ਚੋਂ ਨਹੀਂ ਵਿਸਰ ਸਕਦਾ। ਮੈਂ ਜਗਰਾਓਂ ਸਕੂਲ ਦੇ ਵਿੱਚ ਪੜ੍ਹਦਾ, ਘਰ ਤੋਂ ਸਕੂਲ ਤਕਰੀਬਨ 1.25 ਕਿਲੋਮੀਟਰ ਹੈ, ਅਤੇ ਉਹਦੇ ਮੋੜ 'ਤੇ ਜਦੋਂ ਸਕੂਲ ਦੇ ਨੇੜੇ ਜਾਂਦੇ ਇੱਕ ਟਰਨ ਆਉਂਦੀ ਆ, ਉੱਥੇ ਇੱਕ ਬਾਬਾ ਆਰਾਮ ਕੁਰਸੀ ਆ ਜਿਹੜੀ ਦਰੀ ਜੀ ਵਾਲੀ ਕੁਰਸੀ ਹੁੰਦੀ ਆ ਉਹ 'ਤੇ ਬੈਠਦਾ ਉਹ, ਅਤੇ ਇੱਕ ਇੰਨਾ ਕੁ ਟੇਬਲ ਉਹਨੇ ਸਾਹਮਣੇ ਰੱਖਿਆ ਉਹ 'ਤੇ ਉਹ ਕਲਮਾਂ ਘੜ ਕੇ ਰੱਖਦਾ। ਮਤਲਬ ਉਹਦੀ ਦਿਨ 'ਚ ਰਿਹਾ ਕਿ ਉਹਨੇ ਸਾਰਾ ਦਿਨ ਕਾਨੇ ਇਕੱਠੇ ਕਰਨੇ ਅਤੇ ਉਹਦੀਆਂ ਕਲਮਾਂ 6-6 ਇੰਚ ਦੀਆਂ ਘੜ ਕੇ ਰੱਖਣੀਆਂ, ਅਤੇ ਅਸੀਂ ਸਾਰੇ ਜਿਹੜੇ ਕੱਚੀ ਪੱਕੀ ਵਾਲੇ ਬੱਚੇ ਉੱਥੋਂ ਕੋਲੋਂ ਲੰਘਦੇ, ਅਤੇ ਜਿਹਦੇ ਕੋਲ ਕਲਮ ਨਾ ਹੋਣੀ ਉਹਨੂੰ ਹੱਕ ਸੀ ਵੀ ਉੱਥੋਂ ਕਲਮ ਚੁੱਕ ਕੇ ਲੈ ਜਾਂਦਾ ਸੀ। ਅਤੇ ਵਾਪਸੀ ਵੇਲੇ ਇਹ ਜ਼ਰੂਰ ਹੁੰਦਾ ਸੀ ਜਿਹੜਾ ਬੱਚਾ ਕਲਮ ਲੈ ਕੇ ਗਿਆ ਅਤੇ ਜਾਂ ਬਾਕੀ ਸਾਰੇ ਬੱਚੇ, ਉਹ ਬਾਬੇ ਨੂੰ ਆਪਣੀ ਨਾ ਫੱਟੀ ਦਿਖਾਉਂਦੇ ਸੀ ਲਿਖੇ ਕੇ। ਜਦੋਂ ਅਸੀਂ ਕੋਲੋਂ ਲੰਘਣਾ ਅਤੇ ਸਾਡੀ ਫੱਟੀ ਦਾ ਰੁੱਖ ਬਾਬੇ ਵੱਲ ਹੋਣਾ ਹੈ, ਅਸੀਂ ਦਿਖਾਉਣੀ ਵੀ ਐਂ ਕਰਕੇ ਕੋਲੋਂ ਦੀ ਲੰਘਣਾ, ਅਤੇ ਉਹਨੇ ਇਸ਼ਾਰਾ ਕਰਨਾ ਜਿਸ ਨੂੰ ਜਿਹੜੀ ਲਿਖਤ ਚੰਗੀ ਲੱਗਣੀ ਉਹਨੇ ਰੋਕਣਾ ਅਤੇ ਉਹਨੂੰ ਇੱਕ ਕਲਮ ਇਨਾਮ 'ਚ ਦੇਣੀ। ਅਤੇ ਮੈਨੂੰ ਲੱਗਦਾ ਕਿ ਮੈਂ ਹੁਣ ਤੱਕ ਜੋ ਕਰ ਰਿਹਾ ਉਸ ਬਾਬੇ ਦੀਆਂ ਦਿੱਤੀਆਂ ਕਲਮਾਂ ਦਾ ਕਰਜ਼ ਉਤਾਰਨ ਦਾ ਯਤਨ ਕਰ ਰਿਹਾ ਕਿ ਉਹਨੇ ਮੈਨੂੰ ਇੱਕ ਐਸਾ ਹੁਨਰ, ਕੈਲੀਗ੍ਰਾਫੀ ਹੈ ਜਿਹੜੀ ਉਹ ਆਰਟ ਦੀ ਜਰਨੀ ਆ, ਬਚਪਨ 'ਚ ਅਸੀਂ ਕੈਲੀਗ੍ਰਾਫੀ ਤੋਂ ਹੀ ਪੇਂਟਿੰਗ ਦੀ ਸ਼ੁਰੂਆਤ ਹੁੰਦੀ ਆ, ਲਾਈਨ ਦੀ ਸਟਰੈਂਥ ਦੀ ਸ਼ੁਰੂਆਤ ਹੁੰਦੀ ਆ, ਅਤੇ ਉਹ ਕੈਲੀਗ੍ਰਾਫੀ ਖੁਸ਼ਖਤ ਲਿਖਾਈ ਹੀ ਅੱਗੇ ਲਿਖਣ ਵੱਲ ਤੁਹਾਨੂੰ ਇਨਕਰੇਜ ਕਰਦੀ ਆ, ਤੁਹਾਡੀ ਲਿਖਤ ਨੂੰ ਦੇਖ ਕੇ ਖੁਸ਼ ਹੁੰਦਾ, ਤੁਹਾਡਾ ਲਿਖਣ ਨੂੰ ਦਿਲ ਕਰਦਾ। ਸੋ ਮੈਨੂੰ ਲੱਗਦਾ ਵੀ ਦੋਨੇ ਜਾਨਰ ਨੇ ਮੈਨੂੰ ਉਸ ਬਾਬੇ ਦੀਆਂ ਉਸ ਆਸ਼ੀਰਵਾਦ ਦੇ ਵਿੱਚੋਂ ਮਿਲੇ ਨੇ, ਅਤੇ ਮੈਂ ਹਮੇਸ਼ਾ ਉਸ ਬਾਬੇ ਦਾ ਹੱਥ ਆਪਣੇ ਨਾਲ ਅੰਗ ਸੰਗ ਮਹਿਸੂਸ ਕਰਦਾ। ਲਿਖਣ ਦਾ ਜਿਹੜਾ ਦੌਰ ਆ ਸਾਡਾ, ਅਸੀਂ ਕਾਫੀ ਵਾਰੀ ਆਪਣੀ ਗੱਲ ਹੋ ਗਈ ਕਿ ਅਸੀਂ ਇੱਕ ਸਮਕਾਲੀ ਗਰੁੱਪ ਇੱਥੇ ਬੈਠੇ ਹਾਂ ਜਿਨ੍ਹਾਂ 'ਚੋਂ ਕੁਛ ਬੰਦੇ ਸਾਡੇ ਨਾਲ ਨਹੀਂ ਹੈ ਸਾਡੇ ਜੈਸ ਵੇਲੇ, ਰਾਮ ਸਿੰਘ ਚਾਹਲ ਹੁਣੀ ਉਹ ਬੜੇ। ਸ਼ੁਰੂਆਤ ਹੁੰਦੀ ਆ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਇੱਕ ਮੌਤ ਤੋਂ ਹੁੰਦੀ ਆ ਲਿਖਣ ਦੀ, ਇੱਕ ਡੈਥ ਹੁੰਦੀ ਆ ਜਿਹਨੂੰ ਮੈਂ ਬਹੁਤ ਚਾਹੁੰਦਾ, ਉਹਦੀ ਸਡਨ ਡੈਥ ਹੋ ਜਾਂਦੀ ਆ। ਉਸ ਤੋਂ ਬਾਅਦ ਅਗਲੇ ਦਿਨ ਯਕਦਮ ਮੈਂ ਕਵਿਤਾ ਲਿਖਣੀ ਸ਼ੁਰੂ ਕਰਦਾ। ਮੈਂ ਕੋਈ ਮਤਲਬ ਇਸ ਤਰ੍ਹਾਂ ਨਹੀਂ ਕਿ ਕੋਈ ਪ੍ਰੈਕਟਿਸ ਕੀਤੀ ਜਾਂ ਕੁਛ ਕੀਤਾ, ਇੱਕ ਸਡਨ ਸਥਿਤੀ ਨੇ ਮੈਨੂੰ
ਲਿਖਣ ਵੱਲ ਪ੍ਰੇਰਿਤ ਕਰਤਾ। ਉਸ ਤੋਂ ਬਾਅਦ ਲਿਖਣ ਦੇ ਵਿੱਚ ਪਹਿਲਾਂ ਮੈਂ ਐੱਮ ਏ ਇੰਗਲਿਸ਼ ਕੀਤੀ ਪਹਿਲਾਂ, ਫਿਰ ਐੱਮ ਏ ਫਾਈਨ ਆਰਟਸ ਕੀਤੀ। ਐੱਮ ਏ ਇੰਗਲਿਸ਼ ਦੇ ਵਿੱਚ ਮੇਰੇ ਕੋਲ ਮਿਥਿਕ ਸੀਗਾ ਸਬਜੈਕਟ, ਸਾਡੇ ਗ੍ਰੀਕ ਮਿਥ ਦੇ ਨਾਲ ਰਿਲੇਟਡ ਜਿਹੜੀ ਪੇਪਰ, ਇੱਕ ਪੇਪਰ ਸੀਗਾ ਮੇਰੇ ਵਿੱਚ, ਅਤੇ ਗ੍ਰੀਕ ਮਿਥ ਮੈਨੂੰ ਬਹੁਤ ਫੜਦੀ ਹੈ ਬਹੁਤ। ਅਤੇ ਉਹ ਉਸ ਦਿਨਾਂ 'ਚ ਜਿਹੜੀ ਮੇਰੀ ਇਕੋਨਮੀ ਹੈ, ਮੈਂ ਬਹੁਤ ਬਹੁਤ ਗਰੀਬ ਪਰਿਵਾਰ 'ਚੋਂ ਹਾਂ ਕਿ ਘਰ 'ਚੋਂ ਜੇ 25 ਮਿਲ ਜਾਣੀ ਕਿਸੇ ਵੇਲੇ ਤਾਂ ਬੜੀ ਗਨੀਮਤ ਹੁੰਦੀ ਸੀ, ਵੱਡੀ ਗੱਲ ਹੁੰਦੀ ਸੀ। ਅੱਜ ਮੇਰੇ ਕੋਲ 5 ਪੈਸੇ ਹੈਗੇ ਨੇ। ਅਤੇ ਤਕਰੀਬਨ ਕਾਲਜ ਦੀ ਪੜ੍ਹਾਈ ਮੈਂ ਆਪਣੇ ਇਸ ਹੁਨਰ 'ਚੋਂ ਹੀ ਕੀਤੀ ਹੈ, ਘਰੋਂ ਫੀਸ ਮੈਂ ਘੱਟ ਹੀ ਲਈ ਕਦੇ। ਪੋਰਟਰੇਟ ਬਣਾ ਤੇ ਕਿਸੇ ਦੇ, ਜਾਂ ਹੋਰ ਤਾਂ ਹੋਰ ਮਤਲਬ ਦੋਸਤਾਂ ਜਿਹੜੇ ਮੇਰੇ ਫਰੈਂਡਸ ਨੇ ਉਹਨਾਂ ਦੇ ਸਹੇਲੀਆਂ ਨੂੰ ਜਿਹੜੇ ਖਤ ਲਿਖਣੇ ਆ ਉਹ ਮੈਂ ਖਤ ਲਿਖ ਦਿੰਦਾ ਸੀ, ਜਿਹੜੀ ਮੇਰੀ ਸਾਰੇ ਸਾਲ ਦੀ ਇਨਕਮ ਦਾ ਸੋਰਸ ਹੁੰਦਾ ਸੀ ਪੜ੍ਹਨ ਦਾ। ਕੰਡੀਸ਼ਨ ਇਹ ਹੁੰਦੀ ਸੀ ਕਿ ਜੇ 4 ਦੋਸਤਾਂ ਨੇ ਇਸ ਸਾਲ 'ਚ ਇਹ ਕੰਮ ਇੱਥੋਂ ਕਰਵਾਉਣਾ ਤਾਂ ਉਹਨਾਂ ਨੇ ਮੇਰਾ ਲੰਚ ਦਾ ਖਰਚ ਕਰਨਾ, ਮੈਨੂੰ ਕੋਈ ਕਲਮ ਪੈਨਸਲ ਕਾਪੀ ਕਿਤਾਬ ਚਾਹੀਦੀ ਆ ਉਹ ਉਹਨਾਂ ਨੇ ਪ੍ਰੋਵਾਈਡ ਕਰਨੀ ਆ, ਅਤੇ ਉਹ ਸਾਲ ਭਰ ਦਾ ਕੰਟਰੈਕਟ ਹੁੰਦਾ ਸੀ ਉਹਨਾਂ ਨਾਲ। ਹਾਂ, ਅਤੇ ਉਹਦੇ 'ਚ ਕਈ ਮਤਲਬ ਕਈ ਵਾਰੀ ਇਹੋ ਜਿਹੇ ਸੰਕਟ ਵੀ ਆਏ ਕਿ ਉਹ ਕੁੜੀਆਂ ਨੇ ਮੁੰਡਿਆਂ ਨੂੰ ਕਿਹਾ ਵੀ ਜਦੋਂ ਆਪਾਂ ਬੈਠਦੇ ਹਾਂ ਤੂੰ ਇੱਕ ਵੀ ਗੱਲ ਇਹੋ ਜਿਹੀ ਨਹੀਂ ਕਰਦਾ, ਅਤੇ ਚਿੱਠੀਆਂ ਬੜੀਆਂ ਸੋਹਣੀਆਂ ਲੱਗਦਾ। ਉਹਨਾਂ ਉਹ ਉਹਨਾਂ ਦੇ ਮਤਲਬ ਰਿਸ਼ਤੇ ਟੁੱਟੇ ਵੀ ਇਸ ਗੱਲ ਕਰਕੇ, ਉਹ ਫਿਰ ਮੇਰੇ ਨਾਲ ਲੜਦੇ ਸੀ ਤੂੰ ਐਂ ਕਿ, ਮੈਂ ਕਿਹਾ ਤੁਸੀਂ ਕਿਹਾ ਸੀ ਤੂੰ ਕਰਦਾ। ਸੋ ਇਹ ਮੇਰੇ ਲਿਖਣ ਦੇ ਪ੍ਰੋਸੈਸ ਦੀ ਇੱਕ ਸ਼ੁਰੂਆਤ ਸੀ ਉਸ ਵੇਲੇ। ਲਿਖਣਾ ਮੈਂ ਆਪਣੇ ਗ੍ਰੈਜੂਏਸ਼ਨ ਦੇ ਆਖਰੀ ਸਾਲ 'ਚ, ਬੀ ਏ ਫਾਈਨਲ ਈਅਰ 'ਚ 78 ਦੇ ਆਸ ਪਾਸ ਸ਼ੁਰੂ ਕੀਤਾ। ਅਤੇ ਉਸ ਤੋਂ ਬਾਅਦ ਪਹਿਲੀਆਂ ਮੇਰੀਆਂ ਜਿਹੜੀਆਂ ਸਾਰੀਆਂ ਕਵਿਤਾਵਾਂ ਨੇ, ਇੱਕ ਸਾਡੀ ਪਹਿਲੀ ਕਿਤਾਬ ਆ, ਹੁੰਦਾ ਨਾ ਰੋਲ ਮਾਡਲਸ ਹੁੰਦੇ ਨੇ ਹਰ ਵੇਲੇ, ਹੈਂ ਮੇਰਾ ਅਮਰਜੀਤ ਕੌਂਕੇ ਅਤੇ ਬਲਜੀਤ ਮੋਗੇ ਦਾ ਸਾਡਾ ਸੀ ਵੀ ਅਸੀਂ ਇਕੱਠਿਆਂ ਨੇ ਕਿਤਾਬ ਛਾਪਣੀ ਪਹਿਲਾਂ, 20-25 ਕਿਤਾਬਾਂ ਸਾਡੇ ਕੋਲ, ਅਤੇ ਅਸੀਂ ਸੁਰਜੀਤ ਪਾਤਰ ਕੈਰੋਂ ਅਤੇ ਪਰਮਿੰਦਰ ਜੀ ਦੀ ਇੱਕ ਕਲਾਸ ਕਿਤਾਬ ਸਾਡੇ ਮਨ 'ਚ ਇੱਕ ਮਾਡਲ ਸੀ ਵੀ ਅਸੀਂ ਉਸ ਤਰ੍ਹਾਂ ਦਾ ਕਰਨਾ, ਹਾਂ ਦਾਇਰੇ ਦੀ ਕਵਰ ਛਾਪੀ, ਅਤੇ ਫਿਰ ਉਹ ਸਾਡੀ ਕਿਤਾਬ ਛਾਪੀ ਉਸ ਤਰ੍ਹਾਂ ਦੀ। ਉਹਦੇ ਵਿੱਚ ਮੇਰੀਆਂ ਤਕਰੀਬਨ ਸਾਰੀਆਂ ਪੋਇਮਸ ਦੇ ਵਿੱਚ ਪੰਜਾਬ ਗਾਇਬ ਆ, ਹਿੰਦੁਸਤਾਨ ਗਾਇਬ ਆ, ਉਹ 'ਚ ਗ੍ਰੀਕ ਮਿਥ ਨੂੰ ਮੈਂ ਐਕਸਪਲੋਰ ਕਰਦਾ, ਮਤਲਬ ਜਿਹੜਾ ਹੈਲਨ ਦਾ ਗੋਲ ਚਿਹਰਾ ਉਹ ਮੈਨੂੰ ਰੋਟੀ ਵਰਗਾ ਲੱਗਦਾ, ਉਹਦਾ ਉਹਦਾ ਜਿਹੜਾ ਸੁਹੱਪਣ ਆ ਉਹ ਮੇਰੀ ਆਪਣੀ ਇਕੋਨੋਮੀ ਦੇ ਨਾਲ ਜੁੜ ਕੇ ਉਹ ਰੋਟੀ ਦਾ ਇੱਕ ਰੂਪ ਲੈ ਲੈਂਦਾ। ਅਤੇ ਉਹਦੇ 'ਚ ਹੈਲਨ ਆਫ ਟ੍ਰਾਇ, ਯੂਲਿਸਿਸ, ਇਹ ਸਾਰੀਆਂ ਗੱਲਾਂ ਨੂੰ ਮੈਂ ਆਪਣੀ ਲਾਈਫ ਨਾਲ ਰਿਲੇਟ ਕਰਕੇ ਲਿਖਦਾ। ਉਸ ਤੋਂ ਬਾਅਦ ਉਹਨਾਂ ਦਿਨਾਂ 'ਚ ਹੀ ਜਿਹੜੀ ਮੇਰੀ ਨਾਲ ਲਾਈਫ ਹੈ ਉਹਦੇ 'ਚ ਮੈਂ ਜਿਸ ਪਰਿਵਾਰ 'ਚ ਹਾਂ ਉਹਦੇ 'ਚ ਅਸੀਂ 8 ਭੈਣ ਭਰਾ, ਉਹ ਇੱਕ ਖਾਸ ਤਰ੍ਹਾਂ ਦੀ ਲਾਈਫ ਹੈ ਜਿਹਦੇ 'ਚ ਇੱਕ ਸਟਰਗਲ ਹੈ। ਉਸ ਸਟਰਗਲ ਦੇ ਵਿੱਚੋਂ ਉਹ ਜਿਹੜੀ ਸਾਰੀ ਉਦਾਸੀ ਆ, ਉਹ ਡਿਪਰੈਸ਼ਨ ਨਵਾਂ ਚੀਜ਼ ਆ, ਡਿਪਰੈਸ਼ਨ ਨਹੀਂ ਹੈ ਉਸ ਤਰ੍ਹਾਂ ਦੀ ਕੋਈ ਚੀਜ਼ ਹੈ, ਉਹਦੇ ਵਿੱਚੋਂ ਪੋਇਟਰੀ ਆਉਂਦੀ ਹੈ।
ਮੈਂ ਆਪਣੀ ਮਾਂ ਦੇ ਨਾਂ ਇੱਕ ਖਤ ਲਿਖਦਾ ਜਿਹਦੇ 'ਚ ਉਹਦੀਆਂ ਮਜਬੂਰੀਆਂ ਦੇ ਨਾਲ ਨਾਲ ਘਰ ਦੇ ਵੱਡੇ ਹੋ ਰਹੇ ਪਰਿਵਾਰ ਵੱਧ ਬੱਚਿਆਂ ਦੇ ਬਾਰੇ ਮੈਂ ਗੱਲ ਕਰਦਾ ਮਾਂ ਦੇ ਨਾਲ। ਮੈਂ ਆਪਣੇ ਬਾਪ ਨਾਲ ਡਾਇਲੋਗ ਕਰਦਾ ਤਾਂ ਉਹਦਾ ਮੇਰੇ ਪ੍ਰਤੀ ਜਿਹੜਾ ਕੁਰਖਤ ਰਵੱਈਆ ਮੈਂ ਉਹਦੀ ਗੱਲ ਕਰਦਾ ਉਹਦੇ 'ਚ। ਸੋ ਮੇਰਾ ਜਿਹੜਾ ਇਨੀਸ਼ੀਅਲ ਦੌਰ ਆ ਉਹ ਇੱਕ ਪਾਸੇ ਗ੍ਰੀਕ ਮਿੱਥ ਦਾ ਇੰਚਾਂਟਮੈਂਟ ਆ ਮੇਰੇ ਲਈ, ਉਹਦੀ ਜਿਹੜੀ ਮਿਸਟਿਕ ਸਾਰੀ ਆ ਉਹ ਹੈ। ਦੂਸਰੇ ਪਾਸੇ ਮੇਰੀ ਆਪਣੇ ਪਰਿਵਾਰ ਦੀਆਂ ਆਪਣੀਆਂ ਜਿਹੜੀਆਂ ਤੰਗੀਆਂ ਤੁਰਸ਼ੀਆਂ ਨੇ ਉਹ ਸਟਰਗਲ ਰਲਦੀ ਆ। ਉਸ ਤੋਂ ਬਾਅਦ ਫਿਰ ਇੱਕ ਇਹੋ ਜਿਹਾ ਮੌਕਾ ਆਉਂਦਾ ਕਿ ਮੈਂ ਅਤੇ ਇੱਕ ਮੇਰਾ ਦੋਸਤ ਆ ਕੁਲਦੀਪ, ਅਸੀਂ ਸਕੂਟਰ 'ਤੇ ਜਾ ਰਹੇ ਹਾਂ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਅੱਗੇ ਨਹਿਰ ਪੈਂਦੀ ਆ, ਉੱਥੋਂ ਕ੍ਰੋਸ ਕਰ ਰਹੇ ਹਾਂ। ਰਾਤ ਦਾ ਸ਼ਾਮ ਦਾ ਟਾਈਮ ਹੈ ਅਤੇ ਅੱਗੇ ਇੱਕ ਕਾਰ ਜਾ ਰਹੀ, ਉਹਦੇ ਪਿੱਛੇ ਕੋਈ ਤਾਰ ਫਸੀ ਹੈ ਪਿੱਛੇ, ਉਹ ਤਾਰ ਘੁੰਮਦੀ ਵੱਡੀ ਕਦੇ ਸੜਕ ਦੇ ਇੱਧਰ ਅਤੇ ਕਦੇ ਇੱਧਰ ਜਾਂਦੀ ਹੈ। ਅਤੇ ਮੈਨੂੰ ਲੱਗਦਾ ਵੀ ਜੇ ਅਸੀਂ ਉਹਦੇ 'ਤੇ ਚੜ੍ਹ ਕੇ ਤਾਂ ਅਸੀਂ ਡਿੱਗ ਪਾਂਗੇ ਜਾਂ ਕੋਈ ਹੋਰ ਤਾਂ ਜ਼ਰੂਰ ਡਿੱਗੂਗਾ। ਮੈਂ ਆਪਣੇ ਦੋਸਤ ਨੂੰ ਕਹਿੰਦਾ ਸਕੂਟਰ ਤੇਜ਼ ਕਰ, ਆਪਾਂ ਇਹਨੂੰ ਦੱਸ ਦਈਏ। ਨਹਿਰ ਦਾ ਪੁਲ ਕ੍ਰੋਸ ਕਰਦੇ ਅਸੀਂ ਉਹਨੂੰ ਸਾਈਡ ਤੋਂ ਕ੍ਰੋਸ ਕਰਕੇ ਮੈਂ ਉਹਨੂੰ ਹੱਥ ਦਿੰਦਾ, ਕਿਹੋ ਜਿਹੇ ਦਿਨ ਨੇ ਉਹ, ਉਹਦੇ 'ਚ ਕੋਈ ਹਿੰਦੂ ਫੈਮਿਲੀ ਆ ਅਤੇ ਸਾਡੇ ਦੋਨਾਂ ਦੇ ਪੱਗਾਂ ਬੰਨੀਆਂ। ਉਹ ਇੱਕਦਮ ਡਰ ਜਾਂਦੇ ਆ ਅਤੇ ਮੈਂ ਆਪ ਹੁਣ ਕਿੰਨੀਆਂ ਕਾਰਾਂ ਚਲਾਈ ਨੇ ਪਰ ਅੱਜ ਤੱਕ ਮੈਂ ਕੋਈ ਯੂ ਟਰਨ ਕਰਦੀ ਕਾਰ ਇੰਨੀ ਦਹਿਸ਼ਤ 'ਚ ਨਹੀਂ ਦੇਖੀ। ਉਹਨਾਂ ਨੇ ਸਾਡੀ ਗੱਲ ਸੁਣਦੀ ਹੈ, ਹੱਥ ਦੇਣ ਦਾ ਮਤਲਬ ਸੀ ਵੀ ਉਹ ਗਏ। ਉਹਨਾਂ ਨੇ ਇੱਕਦਮ ਕਾਰ ਯੂ ਟਰਨ ਲਈ ਔਰ ਨਹਿਰ 'ਚੋਂ ਵਿੱਚ ਡਿੱਗਦੇ ਡਿੱਗਦੇ ਬਚ ਕੇ ਉਹ ਪਿੱਛੇ ਭੱਜ ਗਏ। ਉਹ ਇੱਕ ਦੌਰ ਆ ਜਿਹਨੇ ਜਿਹਦੇ ਲਈ ਇਹ ਵੀ ਵਿਸ਼ਾਲ ਦੇ ਪੱਗ ਨਹੀਂ ਬੰਨੀ, ਮੇਰੇ ਆਹ ਨਹੀਂ ਹੋਇਆ ਉਹਦੇ ਆ ਨਹੀਂ। ਇਸ ਦੌਰ 'ਚੋਂ ਮੇਰੀਆਂ ਪੂਰੀਆਂ ਦੋ ਕਿਤਾਬਾਂ ਦਾ ਕੰਟੈਂਟ ਜਿਹੜਾ, ਦਰਦ ਪਿਆਦੇ ਹੋਣ ਦਾ ਅਤੇ ਅਵੱਗਿਆ, ਇਹ ਦੋ ਕਿਤਾਬਾਂ ਦੇ ਵਿੱਚ ਉਹ ਟਾਈਮ ਜਿਹੜਾ ਉਹ ਭਾਰੂ ਆ ਜਿਹਦੇ ਨਾਲ ਨਾਲ ਉਸ ਸਮੇਂ ਦੇ ਨਾਲ ਨਾਲ ਡਾਇਗਲਾ ਹੋ ਰਿਹਾ ਅਤੇ ਆਪਣੇ ਆਪ ਨਾਲ ਵੀ ਹੋ ਰਿਹਾ, ਅਤੇ ਉਹ ਸਾਰੀਆਂ ਚੀਜ਼ਾਂ ਉਹਨਾਂ ਦੋ ਕਿਤਾਬਾਂ ਦੇ ਵਿੱਚ ਆਉਂਦੀਆਂ ਨੇ। ਉਸ ਤੋਂ ਬਾਅਦ ਮਤਲਬ ਇੱਕ ਸ਼ਿਫਟ ਆਉਂਦੀ ਹੈ ਪੰਜਾਬ ਦੇ ਵਿੱਚ ਜਿਹਦੀ ਗੱਲ ਅਵਤਾਰਜੀਤ ਨੇ ਕੀਤੀ ਹੈ ਕਿ ਉਹ ਸ਼ਿਫਟ ਦੇ ਨਾਲ ਨਾਲ ਇੱਕ ਸ਼ਿਫਟ ਮੇਰੀ ਜ਼ਿੰਦਗੀ 'ਚ ਵੀ ਆਉਂਦੀ ਹੈ। ਮੈਂ ਆਪਣਾ ਇੱਕ ਕੰਮ ਸ਼ੁਰੂ ਕਰਦਾ ਜਾਂ ਉਸ ਤਰ੍ਹਾਂ ਥੋੜ੍ਹਾ ਜਿਹਾ ਇੰਡੀਪੈਂਡੈਂਟ ਹੁੰਦਾ ਮੈਂ ਥੋੜ੍ਹਾ ਜਿਹਾ। ਉਸ ਤੋਂ ਬਾਅਦ ਇੱਕ ਮੇਰੀ ਜ਼ਿੰਦਗੀ ਦਾ ਪੋਇਟਰੀ ਦੇ ਇੱਥੇ ਗੱਲ ਮੈਂ ਇੱਕ ਕਹਿਣੀ ਚਾਹੁੰਦਾ ਕਿ ਮੈਂ ਜਿਹੜੀ ਮਾਇੰਡ ਦੀ ਗੱਲ ਕਰਦਾ ਕਿ ਮੈਂ ਕਦੇ ਵੀ ਇੱਕੋ ਜਿਹਾ ਲਗਾਤਾਰ ਨਹੀਂ ਲਿਖਦਾ। ਮੈਂ ਕਿਸੇ ਇੱਕ ਤਰ੍ਹਾਂ ਦਾ ਇੱਕੋ ਤਰ੍ਹਾਂ ਦਾ ਲਿਖੇ ਜਾਣ ਤੋਂ ਬਹੁਤ ਛੇਤੀ ਉਕਤਾ ਜਾਂਦਾ, ਮੈਂ ਉਹ ਰਾਹ ਛੱਡ ਦਿੰਦਾ, ਛੇਤੀ ਛੱਡ ਦਿੰਦਾ। ਸੋ ਉਸ ਤੋਂ ਬਾਅਦ ਦੇਹੀ ਨਾਥ ਅਤੇ ਕਾਮੇਸ਼ਵਰੀ ਦੋ ਕਿਤਾਬਾਂ ਨੇ ਜਿਹੜੀਆਂ, ਉਸ ਵੇਲੇ ਮੇਰੇ ਮਨ 'ਚ ਇੱਕ ਸਵਾਲ ਇਹ ਸੀ ਕਿ ਅਸੀਂ ਨਾ ਜਦੋਂ ਸਾਡਾ ਸਾਰੇ ਧਰਮ ਇਹ ਕਹਿੰਦੇ ਵੀ ਜਿਹੜਾ ਇਹ ਦੇਹ ਆ ਨਾ ਜਿਹੜੀ ਇਹ ਤਾਂ ਕੱਪੜੇ ਨੇ, ਵੀ ਅਸਲੀ ਤਾਂ ਆਤਮਾ ਜਿਹੜੀ ਸਾਡੀ ਜਿਹੜੀ ਅਸਲੀ ਚੱਲਦੀ ਹੈ ਟਰੈਵਲ ਕਰਦੀ ਹੈ, ਵੀ ਆਹ ਜਿਹੜਾ ਸਰੀਰ ਹੈ ਤਾਂ ਉਹਦਾ ਮੈਂ ਇੱਕ ਪਹਿਰਨ ਹੈ, ਕੱਪੜਾ ਵਾ, ਅਤੇ ਜਿਹਨੇ ਖਤਮ ਹੋ ਜਾਣਾ ਨਾਸ਼ਵਾਨ ਆ। ਮੇਰੇ ਮਨ 'ਚ ਸੀਗਾ ਵੀ ਦੇਹ ਫਿਰ ਕੀ ਆ, ਮਤਲਬ ਇਹ ਜਿਹੜੇ ਡਾਇਕੋਟਮੀ ਆ ਦੋਨੇ ਸਵਾਲਾਂ ਦੇ ਵਿੱਚ ਕਿ ਆਤਮਾ ਹੀ ਕਿਉਂ, ਮਤਲਬ ਉਹਦੇ ਗੁਣਗਾਨ ਕਿਉਂ ਹੁੰਦੇ ਨੇ, ਅਤੇ ਧਰਮ ਇਹ ਕਿਸ ਪੋਲੀਟਿਕਸ ਦੇ ਅਧੀਨ ਦੇਹ ਨੂੰ ਉਹਦੀ ਸਬੋਰਡੀਨੇਟ ਬਣਾ ਕੇ, ਉਹਦੀ ਗੁਲਾਮ ਬਣਾ ਕੇ
ਉਹਦੇ ਤੋਂ ਸਾਨੂੰ ਦੂਰ ਵੀ ਰੱਖਣਾ ਇਹਨਾਂ ਤੋਂ, ਉਦੋਂ ਬਿਨਾਂ ਮਨੁੱਖ ਦਾ ਐਗਜਿਸਟੈਂਸ ਵੀ ਨਹੀਂ ਹੈ ਉਸ ਤੋਂ ਬਾਅਦ। ਇਹਨਾਂ ਸਵਾਲਾਂ ਦੇ ਨਾਲ ਜੁੜੀਆਂ ਗੱਲਾਂ ਦੇ ਵਿੱਚੋਂ ਮਤਲਬ ਦੇਹੀ ਨਾਦ ਮੇਰੀ ਕਿਤਾਬ ਆਉਂਦੀ ਆ, ਜਿਹਦੇ ਨਾਲ ਮੇਰਾ ਖਿਆਲ ਮੈਂ ਇੰਨੀ ਖਿਲਾਫਤ ਪੰਜਾਬੀ ਦੇ ਕਿਸੇ ਕਵੀ ਨੇ ਫੇਸ ਨਹੀਂ ਕੀਤੀ ਹੋਣੀ ਲਿਟਰੇਚਰ 'ਚ ਜਿੰਨੀ ਮੈਂ ਪਾਪੂਲਰ ਸ਼ੁਰੂਆਤ ਦੇ ਵਿੱਚ। ਤਾਂ ਮਤਲਬ ਇਹ ਵੀ ਸੀਗਾ, ਮੈਂ ਇੱਕ ਮੂਮੈਂਟ ਦੱਸਦਾ ਤੁਹਾਨੂੰ ਉਹਦੀਆਂ ਨਾ, ਮੈਂ 10-15 ਪੋਇਮਸ ਲਿਖੀਆਂ ਸੀ ਅਤੇ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ ਨਵ ਕਵਿਤਾ ਉਤਸਵ ਹੋਇਆ, ਉੱਥੇ ਸਾਰੇ ਸ਼ਾਮਿਲ ਸੀ ਅਤੇ ਮੈਂ ਅਜਮੇਰ ਰੋਡ 'ਤੇ ਉਦੋਂ ਆਇਆ ਵਾ ਸੀ ਅਤੇ ਉਹ ਹੀ ਵਾਜ਼ ਚੇਅਰਿੰਗ ਮਾਈ ਸੈਸ਼ਨ, ਉਹਦੇ 'ਚ ਇੱਕ ਨਾਲ ਚੇਅਰ ਕਰ ਰਹੇ ਸੀ ਅਤੇ ਮੈਂ ਉਹ ਜਿਹੜੀਆਂ ਪਹਿਲੀਆਂ ਲਿਖੀਆਂ ਦੇਹੀ ਨਾਦ ਦੀਆਂ 8-9 ਕਵਿਤਾਵਾਂ ਨੇ ਉੱਥੋਂ ਪੜ੍ਹੀਆਂ। ਕਣਕ ਭਵਨ ਉਦੋਂ ਬਣਿਆ ਸੀਗਾ ਨਵਾਂ ਨਵਾਂ, 350 ਦੀ ਆਡੀਅੰਸ ਪੈਕਡ ਸੀਗੀ। ਉਹ 9 ਕਵਿਤਾਵਾਂ ਪੜ੍ਹਨ ਤੋਂ ਬਾਅਦ ਤਕਰੀਬਨ 1 ਮਿੰਟ ਤੱਕ ਹਾਲ ਦੇ ਵਿੱਚ ਜਿਵੇਂ ਮਾਤਮ ਛਾ ਗਿਆ ਹੁੰਦਾ ਨਾ, ਚੁੱਪ ਛਾ ਗਈ। ਉਹ ਡੈਥ ਨਵਾਂ ਚੁੱਪ 1 ਮਿੰਟ ਲਈ ਉਹ ਐਗਜਿਸਟ ਕੀਤੀ ਅਤੇ ਉਦੋਂ ਬਾਅਦ ਇੱਕ ਸਾਰੇ ਜਾਣਦੇ ਆਪਾਂ SS ਦੁਸਾਂਝ ਸਾਡੇ ਉੱਥੇ ਯੂਨੀਵਰਸਿਟੀ ਦੇ ਉਹ ਪ੍ਰੋਫੈਸਰ ਰਹੇ ਨੇ, ਅੱਜ ਕੱਲ੍ਹ ਚੰਡੀਗੜ੍ਹ ਨੇ, ਇਹ ਉੱਠੇ ਇੱਕਦਮ। ਜਿਹੜਾ ਉਹਨਾਂ ਕਵਿਤਾਵਾਂ ਪ੍ਰਤੀ ਸਾਡਾ ਪਹਿਲਾ ਰਿਐਕਸ਼ਨ ਆ, ਉਹ ਬੜਾ ਇੱਕ ਜ਼ਹੀਨ ਸਾਡਾ ਜਰਨਲਿਸਟ ਪ੍ਰੋਫੈਸਰ ਆ, ਉਹਦਾ ਰਿਐਕਸ਼ਨ ਆ, ਉੱਠ ਕੇ ਕਹਿੰਦਾ ਵੀ ਮੈਨੂੰ ਐਂ ਲੱਗਿਆ ਕਿ ਮੈਂ ਕੋਈ ਬਲੂ ਫਿਲਮ ਦੇਖ ਰਿਹਾ। ਐਂਡ ਦਿਸ ਸੈਂਟੈਂਸ ਚੇਂਜ ਦ ਟੋਨ, ਹਰ ਬੰਦਾ ਉਹਦੇ ਖਿਲਾਫ ਬੋਲਣ ਲੱਗ ਗਿਆ। ਸੈਸ਼ਨ ਦੇ ਐਂਡ ਦੇ ਵਿੱਚ ਨੈਚੁਰਲੀ ਉਹ ਅਜਮੇਰ ਰੋਡੇ ਨੇ ਉੱਠ ਕੇ ਆਪਣਾ ਵਕਤਵ ਦੇਣਾ ਸੀਗਾ, ਉਹਨੇ ਉੱਠਦਿਆਂ ਸਾਰ ਕਿਹਾ, ਕਹਿੰਦਾ ਵੀ ਮੈਂ ਕਵਿਤਾਵਾਂ ਵੀ ਸੁਣੀਆਂ ਅਤੇ ਇਸ ਹਾਲ ਦੇ ਵਿੱਚ ਜਿੱਥੇ ਕਿ ਲਿਟਰੇਰੀ ਕਰੀਮ ਬੈਠੀ ਆ ਉਹਨਾਂ ਦਾ ਰਿਐਕਸ਼ਨ ਵੀ ਸੁਣਿਆ ਅਤੇ ਕਹਿੰਦਾ ਮੈਂ ਸੋਚਦਾ ਵੀ ਪੰਜਾਬੀ ਸਾਹਿਤ ਦੇ ਧੰਨ ਭਾ ਕੇ ਅਸੀਂ ਇੱਕ ਖਾਸ ਤਰ੍ਹਾਂ ਦੀ ਕਵਿਤਾ ਤੋਂ ਮੁਕਤ ਹੋ ਕੇ ਕੋਈ ਨਵੀਂ ਤਰ੍ਹਾਂ ਦਾ ਸੁਰ ਦੇਖ ਰਹੇ ਹਾਂ, ਸੁਣ ਰਹੇ ਹਾਂ। ਸੋ ਇੱਕ ਇੱਕ ਡਾਇਲੋਗ ਉਦੋਂ ਸ਼ੁਰੂ ਹੁੰਦਾ ਜਿਹੜਾ ਟਿਲ ਦਿਸ ਡੇ ਕੋਈ ਵੀ ਸਹਿਤ ਸਭਾ ਦਾ ਕੋਈ ਫੰਕਸ਼ਨ ਹੋਵੇ ਦੇਹੀ ਨਾਦ ਨੂੰ ਨਿੰਦੇ ਜਾਂ ਉਹ ਤੋਂ ਬਿਨਾਂ ਮੁਕਤ ਨਹੀਂ ਹੁੰਦਾ। ਸੋ ਉਹ ਦੋ ਕਿਤਾਬਾਂ ਨਾਲ ਦੂਸਰੀ ਕਿਤਾਬ ਜਿਹੜੀ ਕਾਮੇਸ਼ਵਰੀ ਜਿਹੜੀ ਆ, ਵਿਮੈਨ ਦੀ ਜਿਹੜੀ ਵਿਵਿਧਤਾ ਵਾ, ਇੱਕ ਤਾਂ ਵਿਜੀਬਲ ਰਿਸ਼ਤਿਆਂ ਦੀ ਆ, ਇੱਕ ਇਨਵਿਜੀਬਲ ਅਟਰੈਕਸ਼ਨ ਦੀ ਆ, ਇੱਕ ਜਿਹੜੀ ਕੰਪਲੈਕਸਿਟੀ ਆ ਮੈਨ ਵਿਮੈਨ ਦੇ ਰਿਲੇਸ਼ਨ ਦੇ ਵਿੱਚ, ਅਤੇ ਉਹਦੇ 'ਚ ਇੱਕ ਗਰੇਂਜਰ ਆ ਜਿਹੜੀ ਵਿਮੈਨ ਦੇ ਹੱਥ 'ਚ ਆ, ਜਿਹਦੀ ਡੋਰ ਔਰਤ ਦੇ ਹੱਥ 'ਚ ਆ, ਉਹਦੇ ਬਾਰੇ ਇਹ ਇੱਕ ਲੰਬੀ ਕਵਿਤਾ ਅਤੇ ਇਹਦਾ ਸਬਜੈਕਟ ਸਾਰਾ ਉਹ ਹੈ। ਮਤਲਬ ਮੈਂ ਔਰਤ ਦੀ ਜਿਹੜੀ ਐਂਬੀਅੰਸ ਆ, ਜਿਹੜਾ ਔਰਾ ਜਿਹਦੇ ਸਾਹਮਣੇ, ਮੈਂ ਇਹ ਸਮਝਦਾ ਇਟ ਮੇ ਬੀ ਰੋਂਗ, ਪਰ ਮੈਂ ਇਹ ਗੱਲ ਬਹੁਤ ਓਪਨਲੀ ਡਿਕਲੇਅਰ ਕੀਤੀ ਹੈ ਇਸ ਕਿਤਾਬ 'ਚ ਕਿ ਸੈਕਸੁਐਲਿਟੀ ਦੇ ਮਾਮਲੇ 'ਚ ਜੇ ਵਿਮੈਨ ਤੁਹਾਨੂੰ ਵੈਲਕਮ ਕਰਦੀ ਹੈ ਨਾ ਤਾਂ ਬੰਦਾ ਵੈਸੇ ਹੀ ਉੱਧਰ ਰਹਿ ਜਾਂਦਾ। ਸਾਡਾ ਕਲਚਰ ਜਿਹੜਾ ਨਾ ਉਹ ਸਿਰਫ ਉਨ੍ਹਾਂ ਚਿਰ ਹੀ ਮੇਲ ਮੇਲ ਆ ਜਿੰਨਾ ਚਿਰ ਉਹ ਡੋਮੀਨੇਟ ਕਰਨ ਦੀ ਪੋਜੀਸ਼ਨ 'ਚ ਆ। ਜਦੋਂ ਉਹਨੂੰ ਲੱਗਦਾ ਯਾਰ ਆਈ ਵਾਂਟ ਟੂ ਹੈਵ ਯੂ, ਹੈ ਨਾ, ਜਦੋਂ ਔਰਤ ਕਹਿੰਦੀ ਫਿਰ ਆ ਜਾ, ਉੱਥੇ ਉਹ ਪਾਣੀ ਦੀ ਉਹ ਝੱਗ ਵਾਂਗੂ ਬੈਠਦਾ, ਫਿਰ ਉਹਦੇ 'ਤੇ ਮਰਦਾਨਗੀ, ਉਹਦਾ ਜਿਹੜਾ ਔਰਾ ਹਿਸਟੋਰੀਕਲ ਪਰਸਪੈਕਟਿਵ ਸਾਰਾ ਉਹ ਠੁੱਸ ਹੋ ਜਾਂਦਾ ਉੱਥੇ।
ਸੋ ਇਹਦੇ ਵਿੱਚ ਮੈਂ ਪਾਸ ਦੀਆਂ ਦੋ ਲਾਈਨਾਂ ਤੁਹਾਨੂੰ ਕੋਟ ਕਰਦਾ ਇਹਦੇ ਜਿਹੜੇ ਸ਼ੁਰੂਆਤ ਦੇ ਵਿੱਚ ਹੀ ਆ। ਟੂ ਮੀ ਪੋਇਟਰੀ ਐਂਡ ਥੋਟ ਆਰ ਏ ਸਿਸਟਮ ਆਫ ਕਮਿਊਨੀਕੇਟਿੰਗ ਵੈਸਲਸ, ਦ ਸੋਰਸ ਆਫ ਬੋਥ ਇਜ਼ ਮਾਈ ਲਾਈਫ, ਆਈ ਰਾਈਟ ਅਬਾਊਟ ਦੈਟ ਆਈ ਹੈਵ ਲਿਵਡ ਐਂਡ ਆਈ ਐਮ ਲਿਵਿੰਗ, ਟੂ ਲਿਵ ਇਜ਼ ਆਲਸੋ ਟੂ ਥਿੰਕ ਐਂਡ ਸਮਥਿੰਗ ਸਮਟਾਈਮਸ ਟੂ ਕਰੋਸ ਦੈਟ ਬਾਰਡਰ ਬਿਯੋਂਡ ਵਿੱਚ ਫੀਲਿੰਗਸ ਐਂਡ ਥਿੰਕਿੰਗ ਬਿਕਮ ਵਨ, ਦੈਟ ਇਜ਼ ਪੋਇਟਰੀ। ਇਹਦੇ 'ਚ ਮੈਂ ਸਮਰਪਣ ਸ਼ੇਅਰ ਕਰਦਾ ਤੁਹਾਡੇ ਨਾਲ। ਹੇ ਔਰਤ, ਤੇਰੇ ਰਹੱਸ, ਤੇਰੀ ਮਾਇਆ, ਤੇਰੇ ਰੂਪਾਂ ਦੀ ਵਿਵਿਧਤਾ ਅਤੇ ਵਿਸ਼ਾਲਤਾ ਅੱਗੇ ਨਤਮਸਤਕ ਹਾਂ। ਮਾਂ, ਮਹਿਬੂਬ, ਪਤਨੀ, ਭੈਣ ਅਤੇ ਅਨੇਕਾਂ ਹੋਰ ਰਿਸ਼ਤਿਆਂ ਦੇ ਉਸ ਨੈੱਟਵਰਕ ਨੂੰ ਸਮਰਪਿਤ ਹੈ ਮੇਰੀ ਇਹ ਤੁੱਛ ਜਿਹੀ ਰਚਨਾ, ਜਿਸ ਕਾਰਨ ਮੈਂ ਹਾਂ, ਦੁਨੀਆ ਹੈ ਅਤੇ ਪਸਾਰ ਹੈ। ਸੋ ਮੈਨੂੰ ਲੱਗਿਆ ਵੀ ਕਵਿਤਾ ਲਿਖਣ ਨਾਲ ਸ਼ਾਇਦ ਗੱਲ ਥੋੜ੍ਹੀ ਛੋਟੀ ਰਹਿ ਜਾਂਦੀ, ਫਿਰ ਉਹ ਮੇਰੇ ਜਿਹੜਾ ਅੰਦਰਲਾ ਆਰਟਿਸਟ ਆ ਉਹ ਜਾਗਦਾ ਅਤੇ ਉਹ ਕਹਿੰਦਾ ਵੀ ਨਹੀਂ, ਇਹ ਗੱਲ ਜਿਹੜੀ ਆ ਇਹਨੇ ਇਹਦੀ ਮੂਵਮੈਂਟ ਲੋਕਾਂ ਤੱਕ ਵੀ ਜਾਣੀ ਚਾਹੀਦੀ ਹੈ। ਮੈਂ ਬਾਬਾ ਫਰੀਦ ਤੋਂ ਲੈ ਕੇ ਸਾਡੇ ਕੰਟੈਂਪਰੇਰੀ ਪੋਇਟਸ ਤੱਕ ਪੋਇਟਰੀ ਦੇ ਵਿੱਚੋਂ ਉਹ ਪਾਰਟ ਚੁਣਿਆ ਜਿਹੜਾ ਵਾਇਲੈਂਸ ਨੂੰ ਕੰਡੈਮ ਕਰਦਾ ਸੀ, ਜਿਹੜਾ ਸਾਡੀ ਪੰਜਾਬੀ ਕਵਿਤਾ ਦੀ ਰੂਹ ਨੂੰ ਪੇਸ਼ ਕਰਦਾ ਸੀ। ਮਤਲਬ ਸਾਡਾ ਪੰਜਾਬ ਦਾ ਕੁਛ ਵੀ ਇਹੋ ਜਿਹਾ ਨਹੀਂ ਹੈਗਾ ਬਾਬੇ ਨਾਨਕ ਤੋਂ ਲੈ ਕੇ ਕਿ ਜਿਹੜਾ ਉਹ ਵਾਇਲੈਂਸ ਦੇ ਹੱਕ 'ਚ ਭੁਗਤਦਾ ਹੋਵੇ। ਸੋ ਉਹ ਮੈਂ ਪੋਇਟਰੀ ਦੀਆਂ ਪੰਜ ਪੰਜ ਸੱਤ ਸੱਤ ਲਾਈਨਾਂ ਲੈ ਕੇ ਪੋਸਟਰ ਪੋਇਮਸ ਬਣਾਈਆਂ, ਨਾਲ ਇਲਾਸਟ੍ਰੇਸ਼ਨਸ ਕੀਤੀਆਂ ਅਤੇ ਉਹਨਾਂ ਦੀਆਂ ਮੈਂ ਬਹੁਤ ਸਾਰੀਆਂ ਐਗਜੀਬਿਸ਼ਨ ਕੀਤੀਆਂ। ਅਤੇ ਇੱਕ ਵੇਲੇ ਹੋਇਆ ਕਿ ਗੁਰਸ਼ਰਨ ਭਾਅ ਜੀ ਮੈਨੂੰ ਕਹਿੰਦੇ, ਕਹਿੰਦੇ ਸਵੀ ਤੈਨੂੰ ਇਹਨਾਂ ਨੇ ਮੁੰਡਿਆਂ ਨੇ ਮਾਰ ਮੂਰ ਦੇਣਾ ਵੀ ਤੂੰ ਜਿੱਥੇ ਵੀ ਲੈ ਕੇ ਜਾਂਦਾ ਸ਼ੋ ਉੱਥੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਸਾਰੇ, ਵੀ ਤੂੰ ਇਹ ਸ਼ੋਅ ਮੈਨੂੰ ਦੇ ਦੇ, ਇਹ ਮੇਰੀ ਰਿਸਪੋਂਸੀਬਿਲਿਟੀ ਹੈ, ਮੈਂ ਇਹ ਸ਼ੋਅ ਕਰੂੰਗਾ ਤੇਰੇ, ਤੂੰ ਹੋਰ ਕੰਮ ਬਹੁਤ ਆ ਤੇਰੇ ਲਈ ਕਰਨ ਵਾਲੇ, ਤੂੰ ਉਹ ਕਰ। ਉਸ ਤੋਂ ਬਾਅਦ ਉਹਨਾਂ ਨੇ ਸੈਂਕੜੇ ਸ਼ੋਅ ਉਹਦੇ ਕੀਤੇ। ਸੋ ਇਸ ਵੇਲੇ ਨਾਲ ਮੇਰਾ ਆਰਟ ਮੈਨੂੰ ਐਂ ਸਪੋਰਟ ਕਰ ਰਿਹਾ। ਉਸ ਤੋਂ ਬਾਅਦ ਦੇਹੀ ਨਾਥ ਅਤੇ ਕਾਮੇਸ਼ਰੀ ਵੇਲੇ ਮੈਂ ਦੋ ਪੇਂਟਿੰਗਸ ਦੀਆਂ ਸੀਰੀਜ਼ ਕਰ ਰਿਹਾ, ਬਹੁਤ ਵੱਡੇ ਵੱਡੇ ਫਰੇਮ, 4x5 ਫੁੱਟ ਦਾ ਇਸ ਬੈਨਰ ਦਾ ਹਾਫ ਘੱਟੋ ਘੱਟ ਇੱਕ ਕੈਨਵਸ ਆ ਮੇਰਾ। ਉਹਦੇ ਵਿੱਚ ਮੈਂ ਇਹ ਸਬਜੈਕਟ ਨੂੰ ਪੇਂਟ ਕਰ ਰਿਹਾ ਨਾਲ ਨਾਲ, ਅਤੇ ਉਹਦੇ ਮੈਂ ਨਾਲ ਸ਼ੋਅ ਕਰ ਰਿਹਾ। ਡਿਜ਼ਾਇਰ ਨਾਂ ਦੀ ਸੀਰੀਜ਼ ਆ ਮੇਰੀ, ਅਤੇ ਕਾਮੇਸ਼ਵਰੀ ਦੇ ਪੈਰਲ ਜਿਹੜੀ ਮੈਂ ਕਰ ਰਿਹਾ ਦਾ ਕੁਐਸਟ, ਜਿਹਦੇ 'ਚ ਵਿਮੈਨ ਨੂੰ ਵੈਦਿਕ ਪੀਰੀਅਡ ਤੋਂ ਜਾਂ ਪ੍ਰੀ ਵੈਦਿਕ ਪੀਰੀਅਡ ਤੋਂ ਲੈ ਕੇ ਕੰਟੈਂਪਰੇਰੀ ਪੀਰੀਅਡ ਤੱਕ ਉਹਦੇ ਡਿਫਰੈਂਟ ਜਿਹੜੀਆਂ ਫੋਰਮਸ ਨੇ ਉਹਨਾਂ 'ਚ ਕਿਵੇਂ ਚੇਂਜ ਆਉਂਦੀ ਹੈ ਅਤੇ ਕਿੰਨਾ ਕੁ ਲਿਬਰਲ ਹੋਈ ਹੈ, ਇਹ ਸਾਰਾ ਕੁਛ ਉਹ ਮੈਂ ਨਾਲ ਨਾਲ ਪੇਂਟ ਕਰ ਰਿਹਾ। ਅਤੇ ਇਹ ਇਸ ਦੌਰ ਤੋਂ ਬਾਅਦ ਇੱਕ ਸ਼ਿਫਟ ਹੋਰ ਆਉਂਦੀ ਹੈ ਜਿਹੜੀ ਮੈਂ ਸ਼ੁਰੂਆਤ 'ਚ ਬਾਬੇ ਦੀ ਗੱਲ ਕੀਤੀ ਹੈ। ਮੈਂ ਤੁਹਾਡੇ ਨਾਲ ਕਵਿਤਾ ਉਸ ਕਲਮਾਂ ਵਾਲੇ ਬਾਬੇ ਵਾਲੀ ਸ਼ੇਅਰ ਕਰਦਾ। 2005 ਦੇ ਵਿੱਚ ਮੈਂ ਕਿਹਾ ਮੈਨੂੰ ਬਚਪਨ ਦੇ ਉਹ ਦਿਮਾਗ ਚੱਲਦਾ ਸੀਗਾ। ਹਾਂਜੀ, ਇੱਕ ਪਾਸੇ ਦੇਹੀ ਨਾਥ ਦੀਆਂ ਨਜ਼ਮਾਂ ਨੇ, ਪੈਰਲਲ ਪੇਂਟਿੰਗ ਹੈ। ਹਾਂ, ਤੇ ਕਿਤੇ ਇਹ ਤਾਂ ਨਹੀਂ ਜੀ ਜੀ ਵੀ ਤੁਸੀਂ ਦੇਹੀ ਨਾਥ ਜਿਹੜਾ ਰੰਗਾਂ ਨਾਲ
ਲਿਖ ਦਿੱਤਾ ਦੇਹੀ ਲਾਲ ਜਿਹੜਾ ਲਫ਼ਜ਼ਾਂ ਨਾਲ ਪੇਂਟ ਕਰਦੀ ਦੋਵੇਂ ਅਸਲ 'ਚ ਉਹ ਲਫ਼ਜ਼ ਵੀ ਪੇਂਟਿੰਗ ਵਾਲੀ ਗੱਲ ਕਰਦੇ ਆ ਪੇਂਟਿੰਗ ਜਿਹੜੀ ਲਫ਼ਜ਼ਾਂ ਵਾਲੀ ਗੱਲ ਕਰਦੇ ਹਾਂ ਕਹਿ ਸਕਦੇ ਹਾਂ ਪਰ ਉਹਦੇ 'ਚ ਸਪੇਸਿਸ ਨੇ ਗੈਪਸ ਨੇ ਜਿਹੜੇ ਜਿਹੜੇ ਤੁਹਾਨੂੰ ਕਵਿਤਾ 'ਚੋਂ ਉਹ ਗੈਪਸ ਮਿਲਣਗੇ ਅਤੇ ਉਹ ਪੇਂਟਿੰਗਸ ਦੇ ਵਿੱਚ ਤੁਹਾਨੂੰ ਲੱਗੇਗਾ ਵੀ ਇਹ ਮਤਲਬ ਕੰਪਲੀਮੈਂਟ ਕਰ ਰਹੇ ਨੇ ਕੋਈ ਸ਼ੱਕ ਨਹੀਂ ਪਰ ਦੋਨੇ ਇੱਕ ਨਹੀਂ ਹੈ ਦੋਨੇ ਇੱਕ ਸਬਜੈਕਟ ਨਾਲ ਜੁੜੇ ਹੋਏ ਚਿੰਤਨ ਮੰਥਨ ਦੇ ਬਾਵਜੂਦ ਇੱਕ ਤਾਂ ਮੀਡੀਅਮ ਦੇ ਤੌਰ 'ਤੇ ਅੱਡ ਹੈ ਹੀ ਹੈ ਨੇ ਫਿਰ ਉਹਦੇ ਜਿਹੜੇ ਜਨਰੇਸ਼ਨ ਆਫ ਮੀਨਿੰਗਸ ਆ ਜਿਹੜੀ ਦੋਨਾਂ ਦੇ ਵਿੱਚੋਂ ਉਹ ਵੱਖੋ ਵੱਖਰੀ ਤਰ੍ਹਾਂ ਨਿਕਲ ਗਏ ਜਿਸ ਸ਼ਹਿਰ ਮੇ ਵੀ ਰਹਿਣਾ ਉਕਤਾਏ ਹੋਏ ਰਹਿਣਾ ਹਾਂ ਹਾਂ ਕਿ ਜਦੋਂ ਮੈਂ ਮਤਲਬ ਇੱਕ ਕਵਿਤਾ ਲਿਖ ਰਿਹਾ ਹੁੰਦਾ ਅਤੇ ਕਵਿਤਾ ਲਿਖ ਵੀ ਲੈਂਦਾ ਅਤੇ ਪਰ ਮੈਨੂੰ ਲੱਗਦਾ ਕਿ ਇਹ ਕਰਦੀ ਆਈ ਕਦੇ ਪੇਂਟਿੰਗ ਕਰਕੇ ਲੱਗਦਾ ਵੀ ਇਹ ਗੱਲ ਨਹੀਂ ਬਣੀ ਹਾਂ ਅਤੇ ਫਿਰ ਮਤਲਬ ਮੈਂ ਆਪਣੇ ਸਾਰੇ ਜੋਸ਼ ਨਾਲ ਮਤਲਬ ਆਪਣੇ ਕੈਨਵਸ ਕੋਲ ਜਾਂਦਾ ਸਾਰਾ ਕੁਛ ਮੈਂ ਉੱਥੇ ਕਰਦਾ ਹਾਂ ਮਤਲਬ ਤੈਨੂੰ ਕਿੱਦਾਂ ਇਹ ਪਤਾ ਲੱਗਦਾ ਕਿ ਮੈਂ ਮਤਲਬ ਜਿਹੜੀ ਗੱਲ ਕਵਿਤਾ 'ਚ ਕਹਿਣੀ ਚਾਹੁੰਦਾ ਇਹ ਹੁਣ ਮੈਂ ਕਹਿ ਦਿੱਤੀ ਹੈ ਪਰ ਇਸ ਤਰ੍ਹਾਂ ਨਹੀਂ ਹੈ ਹਾਂ ਅਸਲ 'ਚ ਕੀ ਆ ਜਿਹੜਾ ਤੁਹਾਡੇ ਮਨ ਦੇ ਵਿੱਚ ਖਲਾਅ ਪੈਦਾ ਹੋਣਾ ਇੱਕ ਰਚਨਾ ਤੋਂ ਬਾਅਦ ਤੁਸੀਂ ਜਿਹੜੀ ਅਤ੍ਰਿਪਤੀ ਆ ਇੱਕ ਤਾਂ ਉਹਨਾਂ 'ਚ ਬਹੁਤ ਤ੍ਰਿਪਤ ਹਾਂ ਵੀ ਹਾਂ ਇੱਕ ਆ ਵੀ ਉਹ ਕੁਛ ਰਚ ਵੀ ਲਿਆ ਸਿਰਜ ਵੀ ਲਿਆ ਇਹਦੇ ਬਾਵਜੂਦ ਅਤ੍ਰਿਪਤ ਆ ਤੁਸੀਂ ਮਤਲਬ ਤੁਸੀਂ ਅੱਜ ਤੱਕ ਉਹਦੇ ਬਾਰੇ ਪੂਰੀ ਤਰ੍ਹਾਂ ਖੁਸ਼ ਨਹੀਂ ਤੁਹਾਡਾ ਮਨ ਲੱਗਦਾ ਵੀ ਕਿਆ ਨਹੀਂ ਜੇ ਗੱਲ ਹੋਰ ਹੈ ਕਿਤੇ ਵੀ ਜੋ ਕਹਿਤੀ ਇਹ ਗੱਲ ਹੈ ਪਰ ਇਹ ਉਹ ਗੱਲ ਨਹੀਂ ਹੈ ਜੋ ਮੈਂ ਕਹਿਣੀ ਚਾਹੁੰਦਾ ਜਿਹੜੀ ਇਹ ਅਤ੍ਰਿਪਤੀ ਆ ਜਿਹੜੀ ਉਹ ਦੋ ਮੀਡੀਅਮ ਦਾ ਇਹ ਵੀ ਦੋ ਮੀਡੀਅਮ ਮੈਨੂੰ ਅਵੇਲੇਬਲ ਨੇ ਤਾਂ ਮੈਂ ਸ਼ਿਫਟ ਤਾਂ ਹੁੰਦੀ ਹੈ ਜੇ ਨਾ ਹੁੰਦੇ ਤਾਂ ਸ਼ਾਇਦ ਮੈਂ ਕਵਿਤਾ ਹੀ ਲਿਖਦਾ ਜਦੋਂ ਸ਼ਿਫਟ ਕਰੋਗੇ ਨਾ ਹਾਂ ਜੇ ਪਹਿਲੀ 'ਚ ਕ੍ਰੀਏਟਿਵਿਟੀ ਵਾਲੇ ਪਲ ਸੀਗੇ ਉਹ ਰੰਗਾਂ ਵਾਲੇ ਉਹ ਪਲ ਨਹੀਂ ਰਹਿਣਗੇ ਜੇ ਰੰਗਾਂ ਤੋਂ ਤੁਸੀਂ ਸ਼ਬਦਾਂ ਵੱਲ ਜਾਓਗੇ ਜਿਹੜੇ ਰੰਗਾਂ 'ਚ ਕ੍ਰੀਏਟਿਵਿਟੀ ਵਾਲੇ ਪਲ ਸੀ ਉਹ ਸ਼ਬਦਾਂ ਵਾਲੇ ਨਹੀਂ ਰਹਿਣਗੇ ਮੈਂ ਜਦੋਂ ਇਹ ਕਹਿ ਰਿਹਾ ਉਹਦਾ ਮਤਲਬ ਇਹ ਨਹੀਂ ਕਹਿ ਰਿਹਾ ਕਿ ਮੈਂ ਇੱਥੋਂ ਕਵਿਤਾ ਲਿਖੀ ਅਤੇ ਉਦੋਂ ਬਾਅਦ ਕੈਨਵਸ 'ਤੇ ਚਲੇ ਗਿਆ ਮਤਲਬ ਇੱਕ ਜਿਹੜਾ ਸਪੇਸ ਆ ਜਿਹੜੀ ਇੱਕ ਸਪੇਸ ਆ ਜਿਹੜੀ ਉਹ ਜ਼ਿਆਦਾ ਇੰਪੋਰਟੈਂਟ ਆ ਜਿਹੜੀ ਤੁਹਾਨੂੰ ਦੂਸਰੇ ਮੀਡੀਅਮ ਵੱਲ ਖਿੱਚ ਕੇ ਲੈ ਜਾਂਦੀ ਆ ਤੁਹਾਡੇ ਮਨ ਦੇ ਵਿੱਚ ਮੈਂ 1982 ਤੱਕ ਮੈਂ ਰੀਅਲਿਸਟਿਕ ਪੇਂਟਿੰਗ ਕੀਤੀ ਆ ਤੁਸੀਂ ਵੀ ਮੇਰੀ ਸਾਰੀ ਐਜੂਕੇਸ਼ਨ ਜਿਹੜੀ ਆ ਲੋਕਾਂ ਦੇ ਦਾਦੇ ਦਾਦੀਆਂ ਮਰੇ ਉਹਨਾਂ ਦੇ ਪੋਰਟਰੇਟ ਮੈਂ 250 'ਚ ਬਣਾ ਕੇ ਦੇ ਦਿੰਦਾ ਸੀ ਅਤੇ ਮੇਰੀ ਰੋਟੀ ਚੱਲਦੀ ਸੀ 1982 'ਚ ਮੈਨੂੰ ਇੱਕ ਦੋਸਤ ਨੇ ਬਰੁੱਕ ਸ਼ੀਲਡਸ ਇੱਕ ਫਿਲਮ ਆਈ ਸੀ ਦਾ ਬਲੂ ਲੈਗੋਨ ਉਹਦੀ ਹੀਰੋਇਨ ਸੀ ਬਰੁੱਕ ਸ਼ੀਲਡਸ ਉਹਦਾ ਇੱਕ ਪੋਸਟਰ ਸੀਗਾ ਕਿ ਉਹ ਅਖਬਾਰਾਂ 'ਚ ਲਿਪਟੀ ਵੀ ਹੈ ਬੜਾ ਗਲੈਮਰਸ ਉਹ ਕਹਿੰਦਾ ਮੈਨੂੰ ਇਹ ਪੇਂਟਿੰਗ ਬਣਾ ਕੇ ਦੇ ਵੀ ਤੂੰ ਜਿੰਨੇ ਪੈਸੇ ਲੈਣੇ ਮੈਂ ਲੈ ਮੈਂ ਉਹ ਬਣਾਉਣ ਲੱਗ ਗਿਆ ਉਹਦੀਆਂ ਅੱਖਾਂ ਪਰਵੱਟੇ ਪੇਪਰਾਂ ਦੇ ਉੱਪਰ ਕੀ ਲਿਖਿਆ ਉਹ ਬਣਾਉਂਦਿਆਂ ਨੋਰਮਲੀ ਮੈਂ 2-2.5 ਘੰਟੇ 'ਚ ਇੱਕ ਪੋਰਟਰੇਟ ਬਣਾ ਲੈਣਾ ਅਤੇ ਉਹ ਮੈਂ 5-6 ਦਿਨ ਲੱਗਿਆ ਰਿਹਾ ਉਹਨੂੰ ਅਤੇ ਇੱਕ ਦਿਨ ਮੈਂ ਦੇਖਿਆ ਬਣਾਉਂਦਿਆਂ ਮੈਨੂੰ ਲੱਗਿਆ ਵੀ ਸਭ ਕੀ ਕਰ ਰਹੇ ਹੋ ਤੁਸੀਂ ਵਟ ਆਰ ਡੂਇੰਗ ਜੇ ਬਣ ਵੀ ਗਈ ਉਹਦੇ ਵਰਗੀ ਤਾਂ ਕੀ ਹੋ ਗਿਆ ਕੀ ਤੂਫਾਨ ਆ ਜੂਗਾ ਇਹਦੇ ਨਾਲ ਮੈਂ ਨਾ ਜਿਵੇਂ ਜੱਜ ਸੈਂਟੈਂਸ ਡੈਥ ਸੈਂਟੈਂਸ ਤੋਂ ਬਾਅਦ ਨਹੀਂ ਉਹ ਕਲਮ ਤੋੜਦਾ
ਮੈਂ ਉੱਥੇ ਬ੍ਰਸ਼ ਉਹਦੇ ਨਾਲ ਐਂ ਕਰਕੇ ਨਾ ਉੱਥੇ ਤੋੜਦਾ ਵੀ ਅੱਜ ਤੋਂ ਬਾਅਦ ਰਿਅਲਿਸਟਿਕ ਕੰਮ ਨਹੀਂ ਕਰਦਾ। ਤਾਂ ਇਹ ਲਿਆ ਸੀ ਵੀ ਅੱਜ ਤੋਂ ਮੈਂ ਆਪਣਾ ਡ੍ਰੀਮਸ ਪੇਂਟ ਕਰੂੰਗਾ ਨਾ ਕਿ। ਹਾਂ ਉਦੋਂ ਫਿਰ ਮੇਰਾ ਦੂਸਰੇ ਪਾਸੇ ਮੈਂ ਕੰਮ ਆਪਣਾ ਸ਼ੁਰੂ ਕਰ ਲਿਆ ਸੀ। ਹਾਂਜੀ ਇੰਨੀਆਂ ਸੌਖੀਆਂ ਨੀ ਕੱਢਣੀਆਂ ਉਹ ਡਰ ਬੜਾ ਕਿੰਨੇ ਮੇਰਾ ਸ਼ੋਅ ਪਹਿਲਾਂ ਆਰਟ ਕਾਲਜ ਚੰਡੀਗੜ੍ਹ ਹੋਇਆ। ਡਾਕਟਰ ਪ੍ਰੇਮ ਸਿੰਘ ਉਦੋਂ ਪ੍ਰਿੰਸੀਪਲ ਸੀ ਇੱਥੇ। ਮੇਰਾ ਉਹ ਪਹਿਲਾ ਵਨ ਮੈਨ ਸ਼ੋਅ ਸੀ। ਉਸ ਤੋਂ ਬਾਅਦ ਮੈਂ ਗਰੁੱਪ ਸ਼ੋਅਜ਼ ਦੇ ਵਿੱਚ ਤਾਂ ਪਹਿਲਾਂ ਭੇਜੀਆਂ ਸੀ ਪੇਂਟਿੰਗ। ਵਨ ਮੈਨ ਸ਼ੋਅ ਮਤਲਬ ਤੁਹਾਡੀ ਸਾਰੀ ਹੋਲ ਸੋਲ ਜ਼ਿੰਮੇਵਾਰੀ ਹੈ। ਇਨੈਗੂਰੇਸ਼ਨ ਹੋ ਰਹੀ ਆ ਤਕਰੀਬਨ, ਚੰਡੀਗੜ੍ਹ ਦੇ ਆਰਟਿਸਟ ਸਾਰੇ ਜਰਨਲਿਸਟ ਉੱਥੇ ਇਨੈਗੂਰਲ ਮੂਵਮੈਂਟ 'ਤੇ ਖੜ੍ਹੇ ਆ। ਅਤੇ ਉਦੋਂ ਹੀ ਇੱਕ ਨਾ ਬੱਸ ਆਉਂਦੀ ਹੈ, ਡੀਲਕਸ ਬੱਸ, ਉਹਦੇ 'ਚ ਯੂਰਪ ਤੋਂ ਆਰਟਿਸਟ ਰਾਈਟਰਸ ਮਤਲਬ ਉਹ ਨਿਕਲੇ ਨੇ ਏਸ਼ੀਆ ਦੇ ਟੂਰ 'ਤੇ, ਅਤੇ ਉਹ ਚੰਡੀਗੜ੍ਹ ਆਉਂਦੇ ਨੇ ਮਿਊਜ਼ੀਅਮ ਦੇਖਣ ਵਾਸਤੇ, ਉਹਨਾਂ ਦੇ ਸ਼ਡਿਊਲ ਦਾ ਪਾਰਟ ਆ। ਅਤੇ ਉਹ ਜਦੋਂ ਆਇਆ ਕਿ ਬੱਸ ਖੜ੍ਹਦੀ ਆ ਮਿਊਜ਼ੀਅਮ ਤੋਂ ਅੱਗੇ, ਅਤੇ ਉਹਦੇ ਬਿਲਕੁਲ ਸਾਹਮਣੇ ਇੱਧਰ ਰਸ਼ ਆ, ਅਸੀਂ ਉਹ ਇਨੈਗੂਰੇਸ਼ਨ ਕਰ ਰਹੇ ਹਾਂ, ਅਤੇ ਉੱਥੋਂ ਸਾਰੇ ਜਣੇ ਉੱਤਰੇ ਅਤੇ ਸਿੱਧੇ ਇੱਧਰ ਆ ਗਏ। ਅਤੇ ਉਹ ਸੈਰੇਮਨੀ ਹੋ ਗਈ, ਉਸ ਤੋਂ ਬਾਅਦ ਸਾਰੇ ਲੋਕ ਪੇਂਟਿੰਗਸ ਦੇਖ ਰਹੇ ਆ। ਆਪਣੇ ਬੰਦੇ ਇੱਕ ਘੰਟੇ ਤੱਕ ਸਾਰੇ ਚਲੇ ਗਏ। ਡਾਕਟਰ ਪ੍ਰੇਮ ਸਿੰਘ ਬੈਠੇ, ਇੱਕ ਦੋ ਹਲਵਾਰ ਵੀ, ਹਰਭਜਨ ਹਲਵਾਰ ਵੀ ਮੇਰੇ ਕੋਲ ਬੈਠੇ ਸੀ, ਗੱਲਾਂ ਮਾਰ ਰਹੇ ਹਾਂ, ਅਤੇ ਇੱਕ ਦੋ ਬੰਦੇ ਹੋਰ ਬਸ ਅਸੀਂ ਬੈਠੇ। ਅਤੇ ਬਾਕੀ ਉਹ ਪੂਰੀ ਟੀਮ 35-40 ਬੰਦਿਆਂ ਦੀ, ਜਿਹਨਾਂ 'ਚ ਦੋ ਕੁ ਬੱਚੇ ਸੀ, ਬਾਕੀ ਮਰਦ ਔਰਤਾਂ, ਕੋਈ ਬਜ਼ੁਰਗ ਨੇ ਕੁਛ, ਸਾਰੇ ਉਹ ਇੱਕ ਇੱਕ ਕਰਕੇ ਰਾਊਂਡ ਲਾ ਰਹੇ ਨੇ। ਉਸ ਤੋਂ ਬਾਅਦ ਕੋਈ ਬੰਦਾ ਕਿਸੇ ਇੱਕ ਪੇਂਟਿੰਗ ਦੇ ਸਾਹਮਣੇ ਚੌਂਕੜੀ ਮਾਰ ਕੇ ਬੈਠ ਜਾਂਦਾ, ਕੋਈ ਦੂਸਰਾ ਕਿਸੇ ਦੂਸਰੇ ਕੋਲ ਬੈਠ ਜਾਂਦਾ। ਮਤਲਬ ਮੈਂ, ਮੇਰਾ ਤਾਂ ਐਕਸਪੀਰੀਅੰਸ ਹੀ ਨਹੀਂ ਸੀਗਾ ਵੀ ਇਸ ਤਰ੍ਹਾਂ ਵੀ ਪੇਂਟਿੰਗ ਐਂ ਦੇਖਦੇ ਆ। ਅਤੇ ਉਹਨਾਂ ਨੇ ਤਕਰੀਬਨ 4 ਘੰਟੇ ਉੱਥੇ ਉਹ ਰਹੇ ਉਹਦੇ 'ਚ, ਅਤੇ ਵਾਰੀ ਵਾਰੀ ਕੋਈ ਕਿਸੇ ਪੇਂਟਿੰਗ ਨੂੰ ਦੇਖਦਾ ਦੇਖਦਾ ਉੱਥੇ ਬੈਠ ਜਾਂਦਾ, ਦੇਖ ਹੀ ਜਾਂਦਾ ਉਹਦੇ ਨਾਲ, ਫਿਰ ਉਹ ਕਿਸੇ ਆਪਣੇ ਨੂੰ ਬੁਲਾ ਕੇ ਕੋਈ ਉਹਦੇ ਨਾਲ ਗੱਲ ਕਰਨੀ ਚਾਹੁੰਦਾ। ਇੰਨੀ ਗਹਿਰ ਨਾਲ ਉਹਨਾਂ ਨੇ ਦੇਖੀਆਂ। ਅਤੇ ਉਸ ਤੋਂ ਬਾਅਦ ਉਹਨਾਂ 'ਚ ਜਿਹੜੀ ਸਭ ਤੋਂ ਬਜ਼ੁਰਗ ਲੇਡੀ ਸੀ, ਆਸਟਰੀਆ ਦੀ ਸੀ, ਉਹ ਐਲਵਿਨ ਹੋਲੋਵੇ, ਉਹਦਾ ਨਾਮ ਮੈਨੂੰ ਇਸ ਕਰਕੇ ਯਾਦ ਆ ਵੀ ਬਾਅਦ ਦੇ ਪ੍ਰੋਸੈਸ ਮੈਨੂੰ ਪਤਾ ਨਹੀਂ ਸੀ, ਉਹ ਡਾਕਟਰ ਸਾਹਿਬ ਨੇ ਦੱਸੇ ਮੈਨੂੰ। ਉਹਨੇ ਮੈਨੂੰ ਆ ਕੇ ਸਵਾਲ ਕੀਤਾ, ਮੈਨੂੰ ਉਹ ਪੇਂਟਿੰਗ ਕੋਲ ਲੈ ਗਈ, ਉਹਨੇ ਮੈਨੂੰ ਪੁੱਛਿਆ ਵਿਲ ਯੂ ਪੇਂਟ ਦਿਸ ਅਗੇਨ। ਇੱਕ ਸੈਂਟੈਂਸ ਆ ਯੂਰਪ ਦੇ ਕਿਸੇ ਆਰਟ ਲਵਰ ਦਾ ਇੱਕ ਆਰਟਿਸਟ ਲਈ, ਇਟਸ ਨੋਟ ਸੋ ਸਿੰਪਲ। ਉਹ ਇੱਕ ਸਵਾਲ, ਉਹ ਪੂਰੇ ਮੇਰੇ ਸੈਲਫ ਨੂੰ ਸਕੈਨ ਕਰ ਗਈ ਉਹ ਲੇਡੀ, ਪੁੱਛਿਆ ਕਿ ਵੀ ਇਹ ਪੇਂਟਿੰਗ ਤੂੰ ਦੁਬਾਰਾ ਬਣਾ ਲੇਗਾ। ਅਤੇ ਮੈਂ ਕਿਹਾ ਵੀ ਆਈ, ਜਿਹੜੀ ਮੈਂ ਹੁਣੇ ਗੱਲ ਕੀਤੀ ਸੀ ਵੀ ਆਈ ਕੈਂਟ ਰਿਪੀਟ ਮਾਈ ਸਟੋਕ, ਮੈਂ ਜਿਹੜੀ ਸਟਰੈਂਥ ਨਾਲ ਇੱਕ ਬ੍ਰਸ਼ ਦਾ ਸਟੋਕ ਲਾਇਆ ਮੈਂ ਉਹਨੂੰ ਰਿਪੀਟ ਨਹੀਂ ਕਰਦਾ, ਪੇਂਟਿੰਗ ਬਣਾਉਣੀ ਤਾਂ ਬਹੁਤ ਦੂਰ ਦੀ ਗੱਲ, ਵੀ ਆਈ ਕੈਂਟ ਪੇਂਟ ਗੇਮ। ਉਹ ਇੰਨੀ ਖੁਸ਼ ਹੋਈ ਉਹ ਕਹਿੰਦੀ ਵਟਸ ਦਾ ਪ੍ਰਾਈਜ਼ ਆਫ ਦਿਸ ਪੇਂਟਿੰਗ। ਅੱਛਾ, ਮੈਂ ਇੱਕ ਪੇਪਰ 'ਤੇ ਲਿਸਟ ਬਣਾ ਕੇ ਰੱਖੀ ਅਤੇ ਮੈਂ ਡਾਕਟਰ ਸਾਹਿਬ ਨੂੰ ਕਿਹਾ, ਮੈਂ ਡਾਕਟਰ ਸਾਹਿਬ ਵੀ ਤੁਸੀਂ ਦੱਸੋ ਇਹਨਾਂ ਦਾ ਪ੍ਰਾਈਜ਼। ਹਾਂ, ਉਹਨਾਂ ਨੇ ਦੱਸਿਆ ਕਿ ਉਹ ਮੀਡੀਅਮ ਫਰੇਮ ਸੀ, ਉਹਨਾਂ ਨੇ ਕਿਹਾ ਵੀ 15,000 ਰੁਪਏ ਦੀ ਹੈ।
15,000 ਇੰਟੂ ਨੇ ਜਦੋਂ ਕੀਤਾ ਵੀ ਇੰਨੇ ਯੂਰੋ ਜਾਂ ਡਾਲਰ ਬਣੇ, ਉਹ ਕਹਿੰਦੀ ਸੋ ਚੀਪ, ਉਹਦਾ ਸੀ ਵੀ ਇੰਨੀ ਸਸਤੀ। ਮਤਲਬ ਡਾਕਟਰ ਪ੍ਰੇਮ ਸਿੰਘ ਹੋਰਾਂ ਦੇ ਸ਼ਬਦਾਂ 'ਚ ਕਿ ਚੰਡੀਗੜ੍ਹ ਦੀ ਆਰਟ ਹਿਸਟਰੀ 'ਚ ਪਹਿਲੀ ਵਾਰੀ ਹੋਇਆ ਕਿ ਪਹਿਲੇ ਦਿਨ ਮੇਰੀਆਂ 7 ਪੇਂਟਿੰਗਸ ਉਹ ਬੰਦਿਆਂ ਨੇ ਖਰੀਦੀਆਂ। 15,000 ਤੋਂ ਲੈ ਕੇ 35,000 ਤੱਕ ਮੈਂ ਪ੍ਰਾਈਜ਼ ਰੱਖਿਆ ਹੋਇਆ ਸੀਗਾ। ਇਹ 95 ਹੈ, 1995 ਦੀ ਗੱਲ ਹੈ। ਉਹਨਾਂ ਨੇ ਦੇਖ ਲਿਆ, ਫਿਰ ਉਹ ਕਹਿੰਦੀ ਵੀ ਅਸੀਂ ਤਾਂ 6 ਮਹੀਨੇ ਬਾਅਦ ਵਾਪਸ ਜਾਣਾ, ਵੀ ਤੁਸੀਂ ਪੇਂਟਿੰਗ ਸਾਨੂੰ 6 ਮਹੀਨੇ ਬਾਅਦ ਕੋਰੀਅਰ ਕਰਵਾਇਓ, ਵੀ ਪੈਸੇ ਤੁਸੀਂ ਲੈ ਲਓ ਕੋਰੀਅਰ ਦੇ ਵੀ ਲੈ ਲਓ। ਮੈਂ ਫਿਰ ਡਾਕਟਰ ਸਾਹਿਬ ਵੀ ਕੋਰੀਅਰ ਕਿਵੇਂ ਹੋਊਗਾ ਇਹਨਾਂ ਦਾ ਕਿਵੇਂ, ਉਹਨਾਂ ਦੱਸ ਵੀ ਰੋਲ ਕਰਕੇ ਆਉਣਗੀਆਂ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਪਾਸਪੋਰਟ ਦੀ ਕਾਪੀ ਦਿਓ। ਮਤਲਬ ਮੇਰਾ ਸਾਰਾ ਕੰਮ ਡਾਕਟਰ ਪ੍ਰੇਮ ਸਿੰਘ ਦੇ ਉਹਨਾਂ ਨੇ ਕੀਤਾ, ਅਤੇ ਉਹ ਕਹਿੰਦੇ ਸਭੀ ਤੂੰ ਚਿੰਤਾ ਨਾ ਕਰ, ਸਭ ਠੀਕ ਹੋ ਜੂਗਾ। ਉਹਨਾਂ ਨੇ ਉਹਨਾਂ ਤੋਂ ਟਰੈਵਲ ਚੈੱਕਸ ਲਏ, ਉਹਨੇ ਦੇ ਐਡਰੈਸਿਸ ਲਏ, ਅਤੇ ਫਿਰ ਮੈਂ ਜਦੋਂ 6 ਮਹੀਨੇ ਤੋਂ ਕੁਛ ਦੇਰ ਪਹਿਲਾਂ ਉਦੋਂ ਨਾ ਮੋਬਾਈਲ ਹੁੰਦਾ ਸੀ ਨਾ, ਅਤੇ ਮੈਂ ਉਹਨਾਂ ਨੂੰ ਕੋਰੀਅਰ ਕਰਾਇਆ ਦਾ ਹਫ਼ਤਾ ਕੁ ਪਹਿਲਾਂ ਵੀ ਉਹਨਾਂ ਦੇ ਆਉਣ ਤੱਕ ਪਹੁੰਚ ਜਾਣਾ। ਫਿਰ ਉਹਨਾਂ ਦੇ ਜਦੋਂ ਪਹੁੰਚੀਆਂ ਪੇਂਟਿੰਗਸ ਉਹਨਾਂ ਕੋਲ, ਉਹ ਸਾਰਿਆਂ ਨੇ ਮੈਨੂੰ ਚਿੱਠੀਆਂ ਲਿਖੀਆਂ। ਅਤੇ ਅੱਜ ਵੀ ਉਹ ਮਤਲਬ ਉਹਨਾਂ 'ਚੋਂ ਕੁਛ ਉਹ ਲੇਡੀ ਹੈ ਨਹੀਂ ਗੀ, ਐਲਵਿਨ ਨਹੀਂ ਹੈ, ਹੋਰ ਕੁਛ ਨਹੀਂ ਹੈ, ਜਿਹੜੇ ਹੈਗੇ ਨੇ ਉਹ ਮੈਨੂੰ ਆਫ ਐਂਡ ਆਨ ਦੇ ਆਸਕ ਕਿ ਵਟਸ ਨਿਊ ਵਿਦ ਯੂ। ਪੰਜਾਬੀਆਂ ਨੇ ਤਾਂ ਹੁਣ ਕਿਤਾਬਾਂ ਜਦੋਂ ਇੰਨੀਆਂ ਲੁਕੋ ਕੇ ਰੱਖ ਸਕਦੇ ਨੇ, ਪਰ ਇੱਕ ਗੱਲ ਆ ਅੰਮ੍ਰਿਤਸਰ ਮੈਂ ਇਹੀ ਸ਼ੋਅ ਕੀਤਾ ਜੀ ਆਪਣੇ ਠਾਕਰ ਆਰਟ ਗੈਲਰੀ 'ਚ, ਅਤੇ ਭਰੀ ਰਹਿੰਦੀ ਸੀ ਗੈਲਰੀ ਹਰ ਰੋਜ਼। ਮਤਲਬ ਐਂ ਰਸ਼ ਰਹਿੰਦਾ ਸੀ ਜਿਵੇਂ ਨਾ ਲੋਕ। ਐਵਰੇਜ ਨਹੀਂ, ਸਕੇਅਰ ਫੁੱਟ ਨਹੀਂ ਰੱਖਦਾ ਮੈਂ, ਅੱਜ ਕੱਲ੍ਹ ਗੁਰੂ ਨਾਨਕ 'ਤੇ ਕੰਮ ਕਰ ਰਿਹਾ। ਪਿਛਲੇ 2010 ਤੋਂ ਮੈਂ ਉਹ ਸੀਰੀਜ਼ ਸ਼ੁਰੂ ਕੀਤੀ, ਅੱਜ ਤੱਕ ਸਿਰਫ 13 ਪੇਂਟਿੰਗਸ ਬਣਾਈਆਂ ਨੇ। ਮੈਂ ਮੇਰਾ ਕੰਸਰਨ ਹੈਗਾ ਉਦਾਸੀਆਂ, ਵੀ ਗੁਰੂ ਨਾਨਕ ਐਸ ਟਰੈਵਲਰ ਮੈਂ ਪੇਂਟ ਕਰ ਰਿਹਾ ਉਹਦੇ 'ਚ ਉਹ ਸਾਰਾ। ਅਤੇ ਉਹ ਮੈਂ ਜਿਹੜਾ ਇੱਕ ਫਰੇਮ ਆ 5x5 ਫੁੱਟ ਦਾ, ਮੈਂ 2.5 ਲੱਖ ਦਾ ਇੱਕ ਫਰੇਮ ਦਿੰਦਾ, ਅਤੇ ਉਹਦੀਆਂ ਪੰਜਾਬੀ ਯੂਨੀਵਰਸਿਟੀ ਨੇ 2 ਪੇਂਟਿੰਗਸ ਲਾਈਆਂ ਨੇ। ਪਹਿਲੀ ਵਾਰੀ ਮੈਂ ਗੁਰੂ ਨਾਨਕ ਨੂੰ 2 ਅੱਡ ਅੱਡ ਰੂਪਾਂ 'ਚ ਬਣਾਇਆ, ਨਾਨਕ ਲਾਮਾ ਤਿੱਬਤ ਦੇ ਵਿੱਚ ਗੁਰਦੁਆਰਾ ਜਿੱਥੇ ਉਹਨਾਂ ਕੋਲ ਪਾਲੀ ਸਕ੍ਰਿਪਟ ਦੇ ਵਿੱਚ ਨਾਨਕ ਬਾਣੀ ਪਈ ਹੈ, ਅਤੇ ਉਹ ਨਾਨਕ ਲਾਮਾ ਕਹਿੰਦੇ, ਲਾਮਾ ਮੀਨਸ ਗੁਰੂ, ਅਸੀਂ ਗੁਰੂ ਨਾਨਕ ਕਹਿੰਦੇ ਉਹ ਨਾਲਗਣਾ। ਮੈਂ 2 ਪੇਂਟਿੰਗ ਬਣਾਈਆਂ ਨੇ ਗੁਰੂ ਨਾਨਕ ਇਜ਼ ਅ ਟਿਪੀਕਲ ਲਾਮਾ ਡਰੈਸ। ਮੇਰੀ ਮਦਰ ਦੀ ਡੈਥ ਹੋ ਜਾਂਦੀ ਆ, ਅਤੇ ਉਹ ਅਨਵਾਂਟਡ ਡੈਥ ਆ ਉਹਦਾ, ਮਤਲਬ ਡਾਕਟਰ ਕਹਿੰਦੇ ਓਪਰੇਸ਼ਨ ਹੋਊਗਾ, ਵਾਲਵ ਪਊਗਾ, ਐਟ ਦਾ ਏਜ ਆਫ 69 ਉਹਦੇ ਵਾਲਵ ਪਾਤਾ, ਜਿਹੜਾ ਕਿ ਰਿਕਮੈਂਡਡ ਨਹੀਂ ਸੀਗਾ ਮੈਡੀਕਲ ਟਾਈਮ ਦੇ ਵਿੱਚ। ਇੱਕ ਮਾਂ ਕਿਤਾਬ ਆ ਜਿਹੜੀ ਮੈਂ ਤਕਰੀਬਨ 20-25 ਦਿਨਾਂ ਦੇ ਵਿੱਚ ਲਿਖੀ ਹੈ, ਜਿਹੜੀ ਮੇਰੀ ਮਾਂ ਤੋਂ ਸ਼ੁਰੂ ਹੁੰਦੀ ਹੈ, ਅਤੇ ਫਿਰ ਮੈਨੂੰ ਹਰ ਪਾਸੇ ਹਰ ਚੀਜ਼ 'ਚ ਮਾਂ ਦਿਸਦੀ ਹੈ। ਸੋ ਪਹਿਲਾਂ ਮੈਂ ਦੇਹੀ ਨਾਂ ਦੀ ਕਵਿਤਾ ਤੁਹਾਡੇ ਨਾਲ ਸ਼ੇਅਰ ਕਰਦਾ, ਟਾਈਮ ਮੇਰਾ ਖਿਆਲ ਮੈਂ ਵੱਧ ਲੈ ਹੀ ਰਿਹਾ, ਹੈ ਨਾ ਲੈ ਹੀ ਰਿਹਾ, ਮੈਨੂੰ ਪਤਾ ਮੈਂ ਕਹਿ ਰਿਹਾ ਵੀ ਲੈ ਹੀ ਰਿਹਾ। ਤੂੰ ਜੋ ਵੀ ਹੈ ਦੇਹ ਆਕਾਰ ਨਿਰਾਕਾਰ, ਤੂੰ ਜੋ ਵੀ ਹੈ ਦੇਹ ਆਕਾਰ ਨਿਰਾਕਾਰ, ਆਦਮੀ ਇਮਾਰਤ ਖਿਡਾਉਣਾ ਖੁਦਾ, ਖਾਕ ਖੰਡਰ ਧਰਤ ਅਸਮਾਨ, ਤੂੰ ਜੋ ਵੀ ਹੈ, ਤੂੰ ਜੋ ਵੀ ਹੈ ਸ਼ਬਦ ਧੁਨੀ ਲੀਕ, ਪੰਛੀ ਸੂਰਜ ਲਾਲੀ ਸਵੇਰ ਸ਼ਾਮ, ਖੁਸ਼ੀ ਉਦਾਸੀ ਉਡਾਨ ਚੁੱਭੀ, ਜੋ ਵੀ ਹੈ ਤੂੰ ਹਰਕਤ ਹਨੇਰ ਰੋਸ਼ਨ।
ਸੂਖਮ ਸਥੂਲ ਜੋ ਵੀ ਹੈ ਮੇਰੀਆਂ ਅੱਖਾਂ ਰਾਹੀਂ ਉੱਤਰਦਾ ਮੇਰੇ ਦਿਮਾਗ ਦਾ ਸਿਰਜਿਆ ਅਕਸ ਹੈ ਮਾਤਰ ਮੇਰੀਆਂ ਅੱਖਾਂ ਰਾਹੀਂ ਉੱਤਰਦਾ ਮੇਰੇ ਦਿਮਾਗ ਦਾ ਸਿਰਜਿਆ ਅਕਸ ਹੈ ਮਾਤਰ ਅਤੇ ਮੈਂ ਜੋ ਵੀ ਹਾਂ ਅਤੇ ਮੈਂ ਜੋ ਵੀ ਹਾਂ ਤੇਰੇ ਵਿੱਚੋਂ ਬਣਿਆ ਉਣਿਆ ਉਗਮਿਆ ਅਕਸ ਹਾਂ ਤੇਰਾ।